ਨਿਕਲਦੀਆਂ ਹਨ ਔਰ 0176 ਸਕਾਈ ਅੰਮ੍ਰਿਤ ਬਾਣੀ ਰੇਡੀਓ 'ਤੇ ਆਪਣੀ ਕਥਾ ਸੰਗਤਾਂ ਹਰ ਰੋਜ਼ ਸ਼੍ਰਵਣ ਕਰਦੀਆਂ ਹਨ। ਸੋ ਦੂਰ ਦੂਰ ਤੱਕ ਸਾਰੇ ਦੇਸ਼ਾਂ ਦੇ ਵਿੱਚ ਸੰਗਤਾਂ ਆਨੰਦ ਮਾਣਦੀਆਂ ਹਨ। ਜਿਵੇਂ ਇੱਥੋਂ ਦੀ ਲਾਈਵ ਕਥਾ ਅਸੀਂ ਸਿੱਖ ਚੈਨਲ ਦੇ ਉੱਤੇ ਸ਼੍ਰਵਣ ਕਰਦੇ ਹਾਂ, ਇੱਥੋਂ ਦੇ ਸਾਰੇ ਪ੍ਰੋਗਰਾਮ ਸਾਧਨ ਹੈ ਇੱਕ ਅੱਜ ਦੇ ਯੁੱਗ ਵਿੱਚ ਮੀਡੀਆ। ਸੋ ਇਸੇ ਤਰ੍ਹਾਂ ਹੀ ਅੰਮ੍ਰਿਤ ਬਾਣੀ ਟੀ ਵੀ ਜੋ ਇੰਟਰਨੈੱਟ ਦੇ ਉੱਤੇ ਚੱਲਦਾ ਹੈ, amritbanitv.com, ਸੋ ਉਹਦੇ ਲਈ ਵੀ ਅਸੀਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਕਥਾ ਪਹੁੰਚਾਉਂਦੇ ਹਾਂ, ਉਹਦੇ 'ਤੇ ਵੀ ਨਿਤਨੇਮ ਕੀਰਤਨ ਸੁਣਾਉਂਦੇ ਹਾਂ। ਜਿੰਨਾ ਵੀ ਇਹ ਲਾਹਾ ਲੈ ਸਕੀਏ ਸਤਿਗੁਰੂ ਦੀ ਕਿਰਪਾ ਦੁਆਰਾ ਲਈਏ। ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਸੌਖੀ ਬਾਣੀ ਹੈ, ਪਰ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਹਮਣੇ ਲਿਆਉਣੀਆਂ ਪੈਂਦੀਆਂ। ਵਿਚਾਰ ਕਰਨਾ ਅੱਛਾ ਹੁੰਦਾ ਹੈ, ਕਿਉਂਕਿ ਸਾਡੇ ਨਿਯਮ ਦੀ ਬਾਣੀ ਹੈ ਸੁਖਮਨੀ ਸਾਹਿਬ। ਹਰ ਗੁਰੂ ਘਰ ਦੇ ਵਿੱਚ ਸਵੇਰੇ ਦੇ ਨਿਤਨੇਮ ਦੇ ਨਾਲ ਪੰਜ ਬਾਣੀਆਂ ਵੀ ਹੁੰਦੀਆਂ, ਸੁਖਮਨੀ ਸਾਹਿਬ, ਆਸਾ ਦੀ ਵਾਰ, ਰਹਿ ਰਾਸ, ਸ਼ਾਮ ਨੂੰ ਕੀਰਤਨ, ਸੋਲਾ ਰਾਤ ਨੂੰ। ਇਸ ਤਰ੍ਹਾਂ ਇਹ ਸਾਰੇ ਜਿਹੜੀ ਬਾਣੀ ਹੈ ਜਿੰਨੀ ਕੁ ਸੰਗਤ ਸ਼੍ਰਵਣ ਕਰਦੀ ਹੈ। ਜੇ ਕਹੀਏ ਵੀ ਸੁਖਮਨੀ ਸਾਹਿਬ ਨਿਤਨੇਮ ਹੈ, ਉੱਧਰੋਂ ਸਹਿਜ ਪਾਠ ਵੀ ਕਰਨਾ ਸਾਡਾ ਰੋਜ਼ ਦਾ ਨਿਤਨੇਮ ਹੁੰਦਾ ਹੈ। ਕੋਸ਼ਿਸ਼ ਕਰੋ ਸੈਂਚੀਆਂ ਦੇ ਉੱਤੋਂ ਬੇਸ਼ੱਕ ਦੋ ਅੰਗ ਕਰੋ, ਜਿੰਨਾ ਕੁ ਵੀ ਹੁੰਦਾ ਉਨਾ ਆਪਾਂ ਪਿਆਰ ਨਾਲ। ਅੰਮ੍ਰਿਤ ਬਾਣੀ ਰੇਡੀਓ 'ਤੇ ਵੀ ਚੱਲ ਰਿਹਾ ਹੁੰਦਾ ਹੈ ਪਾਠ, ਰਾਤ ਨੂੰ 9 ਤੋਂ 10 ਸੰਥਿਆ ਹੁੰਦੀ ਹੈ ਸਹਿਜ ਪਾਠ। ਜਿਹੜੇ ਪ੍ਰੇਮੀ ਕਰਦੇ ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਵੀ ਭਰੀ ਹੋਈ ਹੈ, ਇਹ ਪਹਿਲਾਂ ਵੀ ਭਰੀ ਹੋਈ ਸੁਖਮਨੀ ਸਾਹਿਬ ਦੀ ਕਥਾ। ਪਰ ਕੁਛ ਵਿਚਾਰਾਂ ਜਿਹੜੀਆਂ ਰਹਿ ਜਾਂਦੀਆਂ ਨੇ, ਫਿਰ ਦੁਬਾਰਾ ਕਈ ਸਾਲਾਂ ਬਾਅਦ ਵਿਚਾਰ ਕਰਦੇ ਹਾਂ। ਆਓ, ਸਤਿਗੁਰੂ ਮਹਾਰਾਜ ਫਰਮਾਉਂਦੇ ਹਨ 10ਵੀਂ ਅਸ਼ਟਪਦੀ ਵਿੱਚ 6ਵੀਂ ਪੌੜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਸੰਸਾਰ ਦੇ ਵਿੱਚ ਕਈ ਕਰੋੜਾਂ ਲੋਕ ਜਿਹੜੇ ਨੇ ਸੰਸਾਰ ਤੋਂ ਵਿਰਾਗਵਾਨ ਹੋ ਜਾਂਦੇ ਨੇ, ਕਿਸੇ ਨੂੰ ਤਾਂ ਕੋਈ ਠੋਕਰ ਵੱਜ ਜਾਂਦੀ ਹੈ, ਕਿਸੇ ਦੇ ਮਨ ਦੇ ਅੰਦਰ ਕਥਾ ਕੀਰਤਨ ਬਾਣੀ ਸੁਣ ਕੇ ਵਿਰਾਗ ਪੈਦਾ ਹੋ ਜਾਂਦਾ, ਕਿਸੇ ਨੂੰ ਪਿਛਲੇ ਜਨਮਾਂ ਦਾ ਹੀ ਗਿਆਨ ਹੁੰਦਾ, ਜੰਮਦੇ ਹੀ ਸੁੱਖ ਲਈ ਉਦਾਸੀ। ਜਿਵੇਂ ਸੁਖਦੇਵ ਮੁਨੀ ਨੇ ਜਨਮ ਲਿਆ, ਭਾਵ ਥੋੜ੍ਹੇ ਜਿਹੇ ਸੋਝੀ 'ਚ ਹੋਏ, ਘਰੋਂ ਚੱਲ ਪਏ, ਮੈਂ ਚੱਲਿਆ। ਪਿਤਾ ਨੇ ਕਿਹਾ, ਬਿਆਸ ਮੁਨੀ ਨੇ, ਤੂੰ ਪੁੱਤਰ ਕਿਉਂ ਚੱਲਿਆ? ਕਹਿੰਦੇ, ਪਿਤਾ ਜੀ, ਇਹ ਸੰਸਾਰ ਦੇ ਜੰਜਾਲਾਂ 'ਚ ਮੈਂ ਪੈਣਾ ਨਹੀਂ ਚਾਹੁੰਦਾ, ਮੈਨੂੰ ਪਿਛਲੇ ਜਨਮਾਂ ਦਾ ਗਿਆਨ ਹੈ। ਇੱਕ ਜਨਮ ਵਿੱਚ ਮੈਂ ਜੰਗਲੀ ਬਿੱਲਾ ਬਣਿਆ ਹੋਇਆ ਸੀ, ਵਿਰੋਧੀ ਬਿੱਲਿਆਂ ਨੇ ਮੇਰਾ ਗਲ ਘੁੱਟ ਕੇ ਬਹੁਤ ਤੜਫਾ ਕੇ ਮੈਨੂੰ ਮਾਰਿਆ। ਇੱਕ ਜਨਮ ਵਿੱਚ ਮੈਂ ਖੋਤੇ ਦੀ ਜੂਨ ਵਿੱਚ ਹੋਣ ਕਰਕੇ ਖਾਲ ਵਿੱਚ ਡਿੱਗ ਪਿਆ,
ਉਹਦੇ ਵਿੱਚ ਡਿੱਗਦੇ ਹੋਏ ਤੇ ਮੇਰੀ ਸੱਟ ਵੱਜੀ ਹੋਈ ਸੀ। ਲੋਕ ਮੈਨੂੰ ਕੱਢਣ ਦੀ ਬਜਾਏ ਮੇਰੇ ਉੱਤੋਂ ਪੈਰ ਰੱਖ ਰੱਖ ਕੇ ਲੰਘਦੇ ਰਹੇ। ਬਹੁਤ ਠੰਡ ਹੋਣ ਕਰਕੇ ਮੇਰੀ ਮੌਤ ਹੋ ਗਈ ਸੀ। ਇਸ ਤਰ੍ਹਾਂ ਮੈਨੂੰ ਕਈ ਜਨਮ ਯਾਦ ਨੇ ਵੀ ਮੈਂ ਨਹੀਂ ਚਾਹੁੰਦਾ ਕਿ ਹੁਣ ਮੈਂ ਫੇਰ ਆਵਾਂ ਵਾਰ ਵਾਰ ਜਨਮ ਲਵਾਂ। ਮੇਰੀ ਇੱਛਾ ਵੀ ਹੁਣ ਮੈਂ ਨਾ ਆਵਾਂ, ਬਸ ਮੇਰਾ ਜਨਮ ਮਰਨ ਕੱਟਿਆ ਜਾਵੇ। ਇਸ ਤਰ੍ਹਾਂ ਕਈਆਂ ਨੂੰ ਵੈਰਾਗ ਹੁੰਦਾ ਹੈ। ਸੋ ਆਪਦਾ ਕਾ ਮਾਰਿਆ ਘਰ 'ਤੇ ਨਸਤਾ, ਕਈ ਘਰੋਂ ਕਰਜਾਈ ਹੋ ਜਾਂਦੇ ਨੇ, ਫਿਰ ਲੁਕ ਜਾਂਦੇ ਨੇ, ਕਹਿੰਦੇ ਵੈਰਾਗੀ ਹੋ ਗਿਆ। ਕਿਸੇ ਦੀ ਇਸਤਰੀ ਚੜ੍ਹਾਈ ਕਰ ਗਈ, ਉਹ ਵੀ ਵੈਰਾਗੀ ਬਣ ਜਾਂਦਾ। ਕਿਸੇ ਨੂੰ ਕੋਈ ਵੈਰਾਗ, ਕਿਸੇ ਨੂੰ ਕੋਈ, ਪਰ ਸਤਿਗੁਰੂ ਕਹਿੰਦੇ ਜਦੋਂ ਸੱਚਮੁੱਚ ਦਾ ਵੈਰਾਗ ਹੋ ਜਾਂਦਾ। ਗੁਰ ਕੀ ਬਾਣੀ ਸਹਿਜ ਵੈਰਾਗ। ਦੇਖੋ ਮਹਾਰਾਜ ਨੇ ਬਾਣੀ ਵਿੱਚ ਵੈਰਾਗ ਦਾ ਜ਼ਿਕਰ ਕੀਤਾ। ਗੁਰੂ ਸਾਹਿਬ ਦੀ ਬਾਣੀ ਸਹਿਜੇ ਹੀ ਵੈਰਾਗ ਹੈ। ਜਿਹੜਾ ਬੰਦਾ ਰੋਜ਼ ਦਾ ਅਭਿਆਸੀ ਹੈ, ਨਿਤਨੇਮੀ ਹੈ, ਪ੍ਰੇਮੀ ਹੈ, ਘੱਟੋ ਘੱਟ 5 ਬਾਣੀਆਂ ਦਾ ਨਿਤਨੇਮ ਕਰਨ ਉਪਰੰਤ 5 ਗ੍ਰੰਥੀ ਦਾ ਪਾਠ ਕਰਦਾ ਰੋਜ਼, ਇਹ ਸਾਡਾ ਕਹਿਣ ਤੋਂ ਭਾਵ ਇਹ ਹੁੰਦਾ ਕਿ ਗੁਰੂ ਲੇਖੇ ਕਿੰਨਾ ਟਾਈਮ ਲਾਉਣਾ। ਜਿੰਨਾ ਵੈਰਾਗ ਆਉਣਾ ਹੈ, ਉਹ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲੋਕ 25 ਪੱਤਰੇ ਜਾਂ 50 ਅੰਗ ਰੋਜ਼ ਕਰਦੇ ਨੇ, ਉਹਨਾਂ ਨੂੰ ਕਾਫੀ ਵੈਰਾਗ ਹੋ ਜਾਂਦਾ। ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਨਾਲ ਹੌਲੀ ਹੌਲੀ ਵੈਰਾਗ ਹੁੰਦਾ। ਵੈਰਾਗ ਕੀ ਚੀਜ਼ ਹੈ? ਪਰਮੇਸ਼ਰ ਆਪ ਵੀ ਵੈਰਾਗੀ ਹੈ। ਵੈਰਾਗੀ ਦਾ ਅਰਥ ਕੀ ਹੈ? ਜੋ ਮਾਇਆ ਦਾ ਤਿਆਗ ਕਰ ਦਿੰਦਾ। ਸੋ ਇਸ ਤਰ੍ਹਾਂ ਜਿਵੇਂ ਭਰਥਰ ਹਰੀ ਜੀ ਨੂੰ ਵੈਰਾਗ ਹੋ ਗਿਆ ਸੀ, ਉਹਨਾਂ ਨੇ ਰਾਜ ਭਾਗ ਛੱਡ ਦਿੱਤਾ ਸੀ ਆਪਣਾ, ਅਤੇ ਰਾਜ ਭਾਗ ਛੱਡ ਕੇ ਭਗਤੀ ਕਰਨ ਲੱਗ ਗਏ ਸੀ। ਕਦੇ ਕੋਈ ਜ਼ਿੰਦਗੀ 'ਚ ਠੋਕਰ ਵੱਜ ਜਾਂਦੀ ਤਾਂ ਵੈਰਾਗ ਹੋ ਜਾਂਦਾ। ਤਰ ਤੀਬਰ ਤਰ ਤਮ ਵੈਰਾਗ ਸਭ ਤੋਂ ਉੱਚਾ ਵੈਰਾਗ ਹੈ। ਜਦੋਂ ਅਸਲ ਵਿੱਚ ਗਿਆਨ ਹੋ ਜਾਂਦਾ ਹੈ ਉਦੋਂ ਵੈਰਾਗ ਹੋ ਜਾਂਦਾ। ਜਦੋਂ ਤੱਕ ਗਿਆਨ ਨਹੀਂ ਹੁੰਦਾ ਉਦੋਂ ਤੱਕ ਵੈਰਾਗ ਨਹੀਂ ਹੁੰਦਾ। ਕਿਸੇ ਚੀਜ਼ ਦਾ ਗਿਆਨ ਹੋ ਜਾਣਾ ਪਹਿਲਾਂ। ਹੁਣ ਆਪਾਂ ਨੂੰ ਜੇ ਗਿਆਨ ਹੋ ਜੇ, ਜਿਹੜੇ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਪਤਾ, ਜੇ ਆਪਾਂ ਗੱਲ ਕਰੀਏ ਇਹਨਾਂ ਨਾਲ, ਬੜੀਆਂ ਇਹਨਾਂ ਨੇ ਮਿਹਨਤਾਂ ਮਸ਼ੱਕਤਾਂ ਇੱਥੇ ਆਉਣ ਲਈ ਕੀਤੀਆਂ, ਘਰ ਬਣਾਏ, ਗੱਡੀਆਂ ਲਿਆਂਦੀਆਂ, ਪੈਸਾ ਕਮਾਇਆ, ਬੱਚੇ ਪਾਲੇ, ਬੱਚੇ ਉਡਾਰ ਹੋ ਗਏ, ਬੱਚੇ ਵਿਗੜ ਗਏ, ਉਹ ਘਰੋਂ ਚਲੇ ਗਏ, ਬੱਚੇ ਦੁਖੀ ਕਰਦੇ ਨੇ। ਮੈਂ ਦੇਖਿਆ, ਮੈਂ ਬੜੇ ਘਰਾਂ 'ਚ ਗਿਆ, ਬਾਹਰਲੇ ਦੇਸ਼ਾਂ 'ਚ ਵੀ, ਉੱਧਰ ਵੀ ਗਿਆ, ਟੋਰਾਂਟੋ ਵੀ ਮੈਂ। ਬਹੁਤ ਵੱਡਾ ਘਰ ਸੀ, ਕਈ ਹਜ਼ਾਰ ਫੁੱਟ ਤਾਂ ਉਹਨਾਂ ਦੀ ਬੇਸਮੈਂਟ ਹੀ ਸੀ। ਚੰਗਾ ਪੈਸਾ, ਸਭ ਕੁਛ ਉਹਨਾਂ ਸਮਿਆਂ ਵਿੱਚ $25-30 ਲੱਖ ਡਾਲਰ ਦਾ ਘਰ ਸੀ ਉਹ, 2004 ਦੀ ਗੱਲ। ਉਹ ਦੋਨੋਂ ਰੋਈ ਜਾਣ, ਸਾਡਾ ਬੱਚਾ ਛੱਡ ਕੇ ਚਲਿਆ ਗਿਆ, ਇਕੱਲਾ ਇਕੱਲਾ ਮੁੰਡਾ ਸੀ, ਹੁਣ ਕੀ ਕਰੀਏ। ਇਹ ਚੀਜ਼ ਹੁੰਦੀ ਜਦੋਂ ਮਨ ਨੂੰ ਸੱਟ ਵੱਜਦੀ ਹੈ, ਵੈਰਾਗ ਲੱਗਦਾ ਵੀ ਇਹ ਜਾਇਦਾਦ ਕਿਹਨੂੰ ਦੇਣੀ ਆ, ਕਾਹਦੇ ਲਈ ਕਮਾਇਆ, ਕਿਉਂ ਕਮਾਇਆ, ਇਹਦੇ ਨਾਲੋਂ ਤਾਂ ਰੱਬ ਦਾ ਨਾਮ ਹੀ ਜਪ ਲੈਂਦੇ। ਇਉਂ ਫਿਰ ਇਹ ਮੋੜ ਪੈਂਦਾ ਜ਼ਿੰਦਗੀ ਵਿੱਚ ਜਦੋਂ ਆਪਾਂ ਨੂੰ ਸੱਟ ਵੱਜਦੀ ਹੈ ਕਿਸੇ ਗੱਲ ਦੀ, ਜਾਂ ਅੰਦਰ ਵੈਰਾਗ ਹੋ ਕੇ ਗਿਆਨ ਹੋ ਗਏ ਇਸ ਗੱਲ ਦਾ ਵੀ ਲੈ ਕੇ ਤਾਂ ਕੋਈ ਜਾਣਾ ਹੀ ਨਹੀਂ ਹੈ। ਮਹਾਤਮਾ ਬੁੱਧ ਜੀ ਨੂੰ ਜਿਵੇਂ ਵੈਰਾਗ ਹੋ ਗਿਆ ਸੀ, ਬੁੱਢਾ ਬੰਦਾ ਤੁਰਿਆ ਜਾਂਦਾ ਦੇਖ ਕੇ ਪੁੱਛਿਆ, ਇਹ ਬੁੱਢਾ ਕਿਉਂ ਹੋ ਗਿਆ, ਇਸ ਤਰ੍ਹਾਂ ਹੋ ਜਾਂਦੇ? ਕਹਿੰਦੇ ਹਾਂਜੀ ਜਨਾਬ, ਇੱਕ ਦਿਨ ਮਹਾਰਾਜ ਜੀ ਤੁਸੀਂ ਵੀ ਹੋਣਾ, ਬੜੀ ਸੱਟ ਵੱਜੀ, ਅੱਛਾ ਮੈਂ ਵੀ ਇੱਦਾਂ ਤੁਰੂੰਗਾ। ਕਹਿੰਦੇ ਹਾਂ, ਇੱਕ ਅਰਥੀ ਤੁਰੀ ਜਾ ਰਹੇ ਲੋਕ ਲੈ ਕੇ ਜਾ ਰਹੇ, ਬੜੀ ਦੁਨੀਆ। ਕਹਿੰਦੇ ਇਹ ਹੁਣ ਕੀ ਜਾ ਰਿਹਾ? ਕਹਿੰਦੇ ਇਹ ਮਰ ਗਿਆ ਬੰਦਾ। ਮੈਂ ਵੀ ਮਰਨਾ? ਕਹਿੰਦੇ ਹਾਂਜੀ, ਮਰਨਾ ਤਾਂ ਸਾਰਿਆਂ ਨੇ ਹੀ। ਉਹ ਮਨ ਨੂੰ ਠੋਕਰ ਵੱਜੀ, ਵੈਰਾਗ ਹੋ ਗਿਆ ਬਚਪਨ 'ਤੇ, ਛੱਡਤਾ ਘਰ, ਰਾਜ ਵੀ ਛੱਡਤਾ। ਕਹਿੰਦਾ ਪਹਿਲੇ ਇਹਦਾ ਹੀ ਇਲਾਜ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਪੁਕਾਰ ਪੁਕਾਰ ਕਹਿੰਦੇ ਨੇ ਸਾਨੂੰ,
ਨੌਵੇਂ ਮਹੱਲੇ ਦੇ ਸਲੋਕ ਸੁਣਨ ਵੇਲੇ ਸਾਰੇ ਇਕੱਠੇ ਹੁੰਦੇ ਆ। ਸਤਿਗੁਰੂ ਕਹਿੰਦੇ ਨੇ ਯਤਨ ਬਹੁਤ ਸੁੱਖ ਕੇ ਕੀ ਹੈ, ਜ਼ਿੰਦਗੀ 'ਚ ਦੁੱਖ ਕੋ ਕੀ ਉਹ ਨਾ ਕੋਏ। ਉਹ ਜਿਹੜਾ ਦੁੱਖ ਹੈ ਨਾ ਮਰਨ ਦਾ, ਅੰਤਮ ਸਮੇਂ ਦਾ, ਜਾਣ ਵੇਲੇ ਦਾ ਦੁੱਖ ਹੈ, ਉਹ ਆਪਾਂ ਕਿਉਂਕਿ ਦੇਖਣਾ ਤਾਂ ਇੱਕ ਵਾਰ ਹੀ ਆ ਉਹਨੂੰ, ਹੁਣ ਆਪਾਂ ਤਾਂ ਉਹਨੂੰ ਅਨੁਭਵ ਨਹੀਂ ਕਰ ਸਕਦੇ। ਜਿਵੇਂ ਫਿਰ ਕਿਸੇ ਮਹਾਤਮਾ ਨੂੰ ਪੁੱਛਿਆ ਮਰਨ ਦਾ ਦੁੱਖ ਕਿੰਨਾ ਕੁ ਹੁੰਦਾ, ਉਹ ਕਹਿੰਦੇ ਜੰਗਲ ਦੇ ਵਿੱਚ ਜੇ ਪੱਥਰਾਂ ਪਹਾੜਾਂ 'ਚ ਇੱਕ ਬਿੱਛੂ ਕਾਲੇ ਜਿਹੇ ਰੰਗ ਦਾ ਉਹ ਜੇ ਡੰਗ ਮਾਰ ਦੇਵੇ ਨਾ ਪੱਥਰ ਨੂੰ, ਪੱਥਰ ਦੀ ਖਿੱਲ ਬਣ ਜਾਂਦੀ ਹੈ, ਇੰਨੀ ਜ਼ਹਿਰ ਹੁੰਦਾ। ਕਹਿੰਦੇ ਜੇ 70,000 ਬਿੱਛੂ ਇਕੱਠਾ ਡੰਗ ਮਾਰਦੇ ਨਾ, ਇੰਨਾ ਮੌਤ ਦਾ ਦੁੱਖ ਹੁੰਦਾ। ਹੁਣ ਮੌਤ ਦਾ ਦੁੱਖ ਜਿਹੜਾ ਹੈ ਬੜਾ ਭੈੜਾ। ਸਤਿਗੁਰੂ ਕਹਿੰਦੇ ਨੇ ਇਹਦਾ ਯਤਨ ਨਹੀਂ ਕੀਤਾ, ਮਹਾਤਮਾ ਬੁੱਧ ਨੇ ਫਿਰ ਪਹਿਲਾਂ ਤਾਂ ਇਹੀ ਅਭਿਆਸ ਕੀਤਾ, ਫਿਰ ਉਹਨੂੰ ਪ੍ਰਕਾਸ਼ ਹੋ ਗਿਆ, ਫਿਰ ਉਹਨੂੰ ਦੁਨੀਆਂ ਨੂੰ ਇਹ ਚੀਜ਼ ਸਮਝਾਉਣੀ ਸ਼ੁਰੂ ਕੀਤੀ ਵੀ ਜਦੋਂ ਜਿੰਨੀ ਕੁ ਰੋਟੀ ਖਾਣੀ ਹੈ, ਜਿੰਨੀ ਕੁ ਲੋੜ ਅਨੁਸਾਰ ਆਪਣਾ ਕਮਾਈ ਕਰਕੇ, ਬਾਕੀ ਰਹਿੰਦਾ ਸਮਾਂ ਪਰਮੇਸ਼ੁਰ ਦੀ ਬੰਦਗੀ 'ਚ ਗੁਜ਼ਾਰਨਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਤੁਸੀਂ ਵੀ ਵੈਰਾਗ ਦੀ ਦਸ਼ਾ ਨੂੰ ਧਾਰਨ ਕਰੋ। ਵੈਰਾਗ ਇਹੀ ਹੁੰਦਾ ਸੋਚੋ ਨਾਲ ਕੀ ਲੈ ਕੇ ਜਾਣਾ, ਜਦੋਂ ਆਏ ਸੀ ਕੀ ਲੈ ਕੇ ਆਏ ਸੀ, ਨਗਨ ਆਏ ਸੀ ਉਦੋਂ, ਅਤੇ ਦੁਨੀਆਂ ਵਿੱਚੋਂ ਜਾਣਾ ਵੀ ਇਸੇ ਤਰ੍ਹਾਂ ਹੀ ਹੈ। ਸ਼ਾਹ ਸਿਕੰਦਰ ਨੇ ਅਲੈਗਜ਼ੈਂਡਰ ਜਿਹੜਾ ਉਹ, ਮੈਂ ਜਦੋਂ ਗ੍ਰੀਸ ਗਿਆ ਉੱਥੇ ਮੈਂ ਦੇਖਿਆ ਥੰਮਲੇ ਜੇ ਖੜ੍ਹੇ ਨੇ ਜਿੱਥੇ ਪਹਿਲੀ ਓਲੰਪਿਕ ਗੇਮਾਂ ਹੋਈਆਂ ਉਹਦੇ ਸਾਹਮਣੇ ਹੈ। ਮੈਂ ਆਖਿਆ ਥੰਮਲੇ 'ਚ ਕਾਹਦੇ ਖੜ੍ਹੇ ਨੇ, ਕਹਿੰਦੇ ਇਹ ਸਿਕੰਦਰ ਦਾ ਕਿਲਾ ਹੁੰਦਾ ਸੀ, ਮਹਿਲ ਸੀ ਉਹਦਾ। ਮੈਂ ਕਿਹਾ ਹੁਣ ਕਿੱਥੇ ਆ, ਕਹਿੰਦੇ ਉਹ ਤਾਂ 607 'ਚ ਹੋਇਆ ਪਹਿਲਾਂ। ਸਿਕੰਦਰ ਨੇ ਬਹੁਤ ਦੁਨੀਆ ਜਿੱਤੀ, ਸਾਰੀ ਦੁਨੀਆ ਜਿੱਤਣ ਤੋਂ ਬਾਅਦ ਜਦੋਂ ਚੜ੍ਹਾਈ ਕਰਨ ਲੱਗਿਆ, ਕਹਿੰਦਾ ਮੇਰੇ ਹੱਥ ਦੋਵੇਂ ਮੇਰੇ ਪੈਰ ਖਾਲੀ ਚੱਲਿਆ, ਮੈਂ ਉੱਤੋਂ ਚਾਦਰ ਨਾਲੇ ਖਲ ਸਾਰੇ ਢੱਕਣੇ ਨਹੀਂ ਹੈ, ਨੰਗੇ ਕਰਦੇ। ਕਹਿੰਦੇ ਕਿਉਂ ਜੀ? ਕਹਿ ਰਹੇ ਦੁਨੀਆ ਦੇਖ ਲਵੇ ਵੀ ਇੱਕ ਦੁਨੀਆ ਨੂੰ ਜਿੱਤਣ ਵਾਲਾ ਬਾਦਸ਼ਾਹ ਖਾਲੀ ਹੱਥ ਖਾਲੀ ਪੈਰ ਜਾ ਰਿਹਾ। ਗੁਰਬਾਣੀ ਨੇ ਉਹ ਬਚਨ ਕਰਤੇ ਨੇ, ਨਾਂਗੇ ਪਾਉਂ ਤੇ ਗਏ ਜਿਨਕੇ ਲੱਖ ਕਰੋੜ, ਏਤੇ ਭਏ ਤੋਂ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹ ਜਿਹੜੇ ਨਿਤਨੇਮ ਵਿੱਚ ਸਵੇਰੇ ਆਪਾਂ ਨੂੰ ਸਵਈਏ ਦਿੱਤੇ ਗੁਰੂ ਸਾਹਿਬ ਨੇ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ, ਇਹਨਾਂ ਸਵਈਆਂ ਦੇ ਅਰਥਾਂ ਸਮੇਤ ਆਪਾਂ ਨੂੰ ਇਹ ਪੜ੍ਹਨੇ ਚਾਹੀਦੇ। ਇਹ ਵੈਰਾਗ ਹੀ ਦਿੰਦੇ ਨੇ ਮਹਾਰਾਜ, ਉਹਦੇ ਵਿੱਚ ਬੜਾ ਵੈਰਾਗ ਦਿੰਦੇ ਆ। ਸਤਿਗੁਰੂ ਕਹਿੰਦੇ ਨੇ ਮਾਤੇ ਮਤੰਗ ਜਰੇ ਜਰ ਸੰਗ, ਮਾਤੇ ਮਤੰਗ ਮਸਤ ਹਾਥੀ ਐ ਜਰੇ ਜੜੇ ਹੋਏ, ਜਰ ਸੰਗ ਸੋਨੇ ਨਾਲ ਲੱਦੇ ਹੋਏ ਜੜੇ ਹੋਏ, ਉਹੋ ਜਿਹੇ ਹਾਥੀ ਹੋਣ, ਵੱਡੇ ਵੱਡੇ ਅੰਬਾਰੀਆਂ ਲੱਗੀਆਂ ਹੋਣ, ਅਨੂਪ ਉਹ ਤੰਗ ਸੁਰੰਗ ਸਵਾਰੇ, ਉਪਮਾ ਤੋਂ ਰਹਿਤ ਸੋਹਣੇ ਸੋਹਣੇ ਹਾਥੀ ਉੱਚੇ ਉੱਚੇ, ਇਸ ਤਰ੍ਹਾਂ ਦੇ ਬਹੁਤ ਸੁੰਦਰ ਚਾਲ ਵਾਲੇ ਜਿਹੜੇ ਹਾਥੀ ਨੇ, ਜਿਨ੍ਹਾਂ ਦੀ ਚਾਲ ਇੰਨੀ ਵਧੀਆ, ਪਰ ਉਹ ਹਾਥੀਆਂ ਦੇ ਉੱਤੇ ਬੈਠਣ ਵਾਲੇ ਜਿਨ੍ਹਾਂ ਦੇ ਦਰ 'ਤੇ ਹਾਥੀ ਝੂਲਦੇ ਨੇ, ਘੋੜੇ ਐਸੇ ਉਹਨਾਂ ਕੁੜ ਕੇ ਉਹ ਕੁਰੰਗ ਵਾਂਗੂ ਦੌੜਦੇ ਹੋਣ, ਘੋੜੇ ਪਾਵ ਹਰਨਾਂ ਵਾਂਗੂ ਛਾਲਾਂ ਮਾਰਦੇ ਹੋਣ, ਪਰ ਅੰਤ ਵਿੱਚ ਉਹ ਵੀ ਨੰਗੇ ਪੈਰੀ ਗਏ ਨੇ। 1,00,000 ਪੂਤ 1,25,000 ਨਾਤੀ, ਤੇ ਰਾਵਣ ਕਰਦੀ ਆ ਨਾ ਬਾਤੀ, ਉਹ ਵੀ ਖਾਲੀ ਹੱਥ ਗਿਆ। ਲੰਕਾ ਗੜ ਸੋਇਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਕਹਿਣ ਤੋਂ ਭਾਵ ਕਿ ਦੁਨੀਆਂ ਵਿੱਚ ਜਿੰਨੇ ਵੀ ਹੋਏ ਨੇ, ਉਹ ਅੱਜ ਜਿੱਥੋਂ ਵੀ ਲੰਘਦੇ ਹੈ, ਮੈਨੂੰ ਹੁਣ ਰਸਤੇ ਵਿੱਚ ਵੀ ਲੰਘੇ ਸੀ ਜਦੋਂ ਅਸੀਂ ਗਲਾਸਗੋ ਨੂੰ, ਉਸ ਤੋਂ ਅੱਗੇ ਵੀ ਜਦੋਂ ਗਏ ਹੈ, ਉਹ ਕਹਿੰਦੇ ਉਹ ਕੈਸਲ ਹੈ ਸਾਹਮਣੇ, ਉਹ ਕਿਲਾ ਹੈ, ਉਹ ਕਿਲਾ ਮੈਂ ਕੀਤਾ, ਇਹ ਬੜੇ ਪੁਰਾਣੇ ਪੁਰਾਣੇ ਕਿਲੇ, ਇਹ ਜਿਹੜੇ ਸਾਰੇ ਕਿਲੇ ਪੁਰਾਣੇ ਨੇ ਨਾ, ਇਹ ਵੀ ਰਾਜਿਆਂ ਦੇ ਸੀ। ਕਹਿੰਦੇ ਨੇ ਜੇ ਦੁਨੀਆਂ ਦੇ ਅੰਦਰ ਵੈਰਾਗ ਧਾਰਨਾ, ਦੇਖੋ ਇੱਕ ਕਦਮ ਚੱਕ ਕੇ ਤੁਸੀਂ ਜਦੋਂ ਪੁੱਟਦੇ ਹੋ, ਪਹਿਲਾ ਕਦਮ ਤੁਹਾਡਾ ਰਾਜੇ ਦੀ ਕਬਰ 'ਤੇ ਆਉਂਦਾ, ਦੂਜਾ ਕਦਮ ਵਜ਼ੀਰ ਦੀ ਕਬਰ 'ਤੇ ਆਉਂਦਾ। ਦੁਨੀਆਂ 'ਚ ਇੰਨੇ ਰਾਜੇ ਅਤੇ ਵਜ਼ੀਰ ਹੋ ਕੇ ਚਲੇ ਗਏ ਨੇ, ਜਦੋਂ ਸਾਨੂੰ ਸੱਚਮੁੱਚ ਗਿਆਨ ਹੋ ਕੇ ਵੈਰਾਗ ਹੋ ਜਾਂਦਾ ਮਨ ਦੇ ਅੰਦਰ ਵੀ, ਲੈ ਕੇ ਤਾਂ ਕੁਛ ਨਹੀਂ ਜਾਣਾ,
ਵਿਰਾਗ ਹੈ, ਅਚਾਨਕ ਹੀ ਆਉਂਦਾ ਮਨ 'ਚ। ਸ਼ਰਾਬੀ ਬੜੀ ਸ਼ਰਾਬ ਪੀਂਦਾ, ਇੱਕ ਦਿਨ ਖਿਆਲ ਆਇਆ ਪੀ ਜਾਂਦੇ ਬੈਠੇ, ਕੋਈ ਗੱਲ ਨਹੀਂ ਬਾਤ ਨਹੀਂ, ਐਵੇਂ ਉਹ ਛੱਡ ਦਿੰਦਾ, ਫਿਰ ਬੰਦਗੀ ਕਰਨ ਲੱਗ ਜਾਂਦਾ। ਕਈ ਬੰਦੇ ਮੈਂ ਦੇਖੇ ਨੇ, ਇੱਕ ਬੰਦੇ ਨੇ ਆਪਣੀ ਗੱਲ ਸੁਣਾਈ ਨਿਊ ਜਰਸੀ, ਉਹ ਕਹਿੰਦਾ ਮੈਂ ਬਿਲਕੁਲ ਨਾਸਤਿਕ ਸੀ, ਜਰਮਨ ਦੀ ਕੋਈ ਲੜਕੀ ਸੀ ਉੱਧਰ ਲਈ, ਉਹਨਾਂ ਵਿਆਹ ਕਰਾਇਆ, ਬਹੁਤ ਪੈਸਾ ਕਮਾਇਆ। ਕਹਿੰਦੇ ਇੱਕ ਦਿਨ ਅਸੀਂ $5,000 ਦਾ ਬੈੱਡ ਲਿਆਂਦਾ ਇਕੱਲਾ, ਜਦੋਂ ਮੈਂ ਕਹਿੰਦਾ ਉਹਦੇ ਉੱਤੇ ਬੈਠਾ, ਮੈਂ ਉੱਤਰ ਕੇ ਇੱਕਦਮ ਥੱਲੇ ਬੈਠ ਗਿਆ। ਕਦੋਂ ਵਿਰਾਗ ਹੁੰਦਾ? ਜਦੋਂ ਸਾਰੇ ਪਾਸਿਓਂ ਰੱਜ ਜਾਂਦਾ, ਸਭ ਕੁਛ ਦੇਖ ਲੈਂਦਾ। ਉਹਦੇ ਘਰ ਵਾਲੇ ਕਹਿਣ ਲੱਗੇ ਤੁਸੀਂ ਇਹ ਥੱਲੇ ਕਿਉਂ ਬੈਠ ਕੇ? ਕਹਿੰਦਾ ਮੈਂ ਇੱਕ ਗੱਲ ਸੋਚੀ ਬੈਠ ਕੇ ਵੀ ਮਨਾ, ਮਹਾਰਾਜ ਨੇ ਮੇਰੇ ਕੋਲੋਂ ਲੁਕੋਇਆ ਨਹੀਂ ਕੁਛ ਇੰਨਾ। ਅੱਜ ਮੈਂ ਜ਼ਿੰਦਗੀ 'ਚ ਰੁਪਈਏ ਵੀ ਨਹੀਂ ਹੁੰਦੇ ਸੀ ਮੇਰੀ ਜੇਬ 'ਚ, $5 ਨਹੀਂ ਸੀ ਹੁੰਦੇ, ਅੱਜ ਮੈਂ 5,000 ਦੇ ਬੈੱਡ 'ਤੇ ਬੈਠਾ। ਕੋਈ ਐਡੀ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ। ਪਰ ਮੈਂ ਉਸ ਮਾਲਕ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ। ਘਰ ਵਾਲੇ ਨੂੰ ਕਹਿਣ ਲੱਗਿਆ ਆਪਾਂ ਅੰਮ੍ਰਿਤ ਨਾ ਛਕ ਲਈਏ, ਉਹ ਕਹਿੰਦੇ ਚਲੋ ਅੰਮ੍ਰਿਤ ਛਕ ਲੈਂਦੇ ਹਾਂ। ਉਹਨੇ ਵੀ ਛਕ ਲਿਆ, ਉਹਦੇ ਬੱਚਿਆਂ ਨੇ ਵੀ ਛਕ ਲਿਆ, ਉਹ ਸਾਰੇ ਅੰਮ੍ਰਿਤਧਾਰੀ ਹੋ ਗਏ। ਕਈ ਵਾਰ ਬੰਦਾ ਜਿਹੜੀਆਂ ਸੰਸਾਰਕ ਪਦਾਰਥਾਂ ਤੋਂ ਜਦੋਂ ਮਨ ਮੁੜ ਜਾਂਦਾ, ਰੱਜ ਜਾਂਦਾ, ਸੱਟ ਵੱਜ ਜਾਂਦੀ ਹੈ, ਅਸਲ ਵਿੱਚ ਮੋਹ ਵਿੱਚ ਫਸਣ ਕਰਕੇ ਵੈਰਾਗ ਪੈਦਾ ਨਹੀਂ ਹੁੰਦਾ। ਵੈਰਾਗ ਅਤੇ ਮੋਹ ਦੋਨੋਂ ਅਪੋਜਿਟ ਨੇ ਆਪਸ ਵਿੱਚ। ਜਿਨ੍ਹਾਂ ਨੂੰ ਮੋਹ ਹੈ ਉਹਨਾਂ ਨੂੰ ਵੈਰਾਗ ਨਹੀਂ ਹੁੰਦਾ, ਜਿਨ੍ਹਾਂ ਨੂੰ ਵੈਰਾਗ ਹੋ ਜਾਂਦਾ ਉਹਨਾਂ ਨੂੰ ਫਿਰ ਮੋਹ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਕਈ ਕਰੋੜ ਲੋਕ ਐਸੇ ਹੋ ਜਾਂਦੇ ਨੇ ਜਦੋਂ ਵੈਰਾਗ ਹੋ ਜਾਂਦਾ, ਤਿਆਗ ਹੋ ਜਾਂਦਾ, ਸੰਨਿਆਸ ਹੋ ਜਾਂਦਾ ਮਨ ਦੇ ਅੰਦਰ। ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਜਦੋਂ ਆਪਾਂ ਦੁਨੀਆਂ ਤੋਂ ਟੁੱਟਾਂਗੇ ਤਾਂ ਹੀ ਰੱਬ ਨਾਲ ਲਿਵ ਲੱਗੂਗਾ। ਜਦੋਂ ਤੱਕ ਹੁਣ ਸੰਸਾਰ ਨਾਲ ਜੁੜੇ ਹੋਏ ਹਾਂ ਉਦੋਂ ਤੱਕ ਆਪਣੀ ਲਿਵ ਪਰਮਾਤਮਾ ਵੱਲ ਜੁੜਦੀ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝ ਹੋ ਕਿਆ ਕਰੇ ਬੇਚਾਰੀਆ, ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਂ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਝ ਹੋ ਕਿਆ ਕਰੇ ਬੇਚਾਰੀਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ੁਰ ਵਿੱਚ ਫਿਰ ਜੁੜ ਜਾਂਦੀ ਹੈ ਲਿਵ। ਲੋਕ ਕੁਟੰਬ ਸਭ ਹੂੰ ਤੇ ਤੋਰੈ ਤੋ ਆਪਣ ਵਿਢੀ ਆਵੈ ਹੋ। ਸਤਿਗੁਰੂ ਕਹਿੰਦੇ ਸਾਰੇ ਪਾਸਿਓਂ ਤੋੜ ਲਓ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਫਿਰ ਪਰਮੇਸ਼ੁਰ ਵਿੱਚ ਲਿਵ ਲਾਓ ਆਪਣੀ। ਕਈ ਕੋਟ ਪ੍ਰਭ ਕਉ ਖੋਜੰਤੇ। ਉਹ ਜਿਹੜੇ ਵੈਰਾਗੀ ਨੇ, ਉਹ ਜਿਨ੍ਹਾਂ ਦੀ ਲਿਵ ਲੱਗੀ ਹੋਈ ਆ, ਉਹ ਪਰਮੇਸ਼ੁਰ ਨੂੰ ਆਪਣੇ ਹਿਰਦੇ 'ਚ ਖੋਜਦੇ ਫਿਰਦੇ ਨੇ। ਕਈ ਜੰਗਲਾਂ 'ਚ ਖੋਜਦੇ ਨੇ, ਉਹਨਾਂ ਨੂੰ ਤਾਂ ਸਮਝਾਉਂਦੇ ਗੁਰੂ ਮਹਾਰਾਜ, ਕਾਹੇ ਰੇ ਬਨ ਖੋਜਨ ਜਾਈ, ਸਭ ਨਿਵਾਸੀ ਸਦਾ ਹਲੇਪਾ ਤੋਂ ਹੀ ਸੰਗ ਸਮਾਈ। ਬਾਣੀ ਨੂੰ ਪੜ੍ਹਨਾ ਹੋਰ ਗੱਲ ਹੁੰਦੀ ਹੈ, ਇਹਦੀ ਵਿਚਾਰ ਕਰ ਲੈਣੀ, ਫਿਰ ਵਿਚਾਰ ਉੱਤੇ ਆਪਣੇ ਆਪ ਨੂੰ ਚਲਾਉਣਾ। ਸਤਿਗੁਰੂ ਮਹਾਰਾਜ ਨੇ ਬੜੇ ਸੁੰਦਰ ਨੌਵੇਂ ਪਾਤਸ਼ਾਹ ਨੇ ਬਚਨ ਜਿੰਨੇ ਵੀ ਕੀਤੇ ਨੇ, ਕਿਉਂਕਿ ਮੈਂ ਮਹਾਂਪੁਰਖਾਂ ਨੂੰ ਪੁੱਛਿਆ ਕਲਕੱਤੇ ਦੀ ਗੱਲ ਹੈ, ਮਹਾਂਪੁਰਖੋ ਇਹ ਜਿਹੜਾ ਵਿਰਾਗ ਹੈ ਕਿਵੇਂ ਆਉਂਦਾ? ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਕਹਿੰਦੇ ਭਾਈ ਚੌਥੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹ ਬਹੁਤ ਵਿਰਾਗਮਈ ਹੈ। ਗੁਰੂ ਸਾਹਿਬ ਨੇ ਜਿਹੜੇ ਆਸਾ ਦੀ ਵਾਰ ਤੋਂ ਪਹਿਲਾਂ ਛੱਕੇ ਉਚਾਰਨ ਕੀਤੇ ਉਹ ਪੜ੍ਹ ਕੇ ਦੇਖੋ, ਮੈਂ ਨੀਰ ਵਹੇ ਵਹਿ ਚੱਲਿਆ, ਹੋਰ ਵੀ ਸ਼ਬਦ ਨੇ। ਫਿਰ ਮਹਾਂਪੁਰਸ਼ ਕਹਿੰਦੇ ਇੱਕ ਨੌਵੇਂ ਪਾਤਸ਼ਾਹ ਦੀ ਬਾਣੀ ਰੋਜ਼ ਪੜ੍ਹਿਆ ਕਰੋ। ਇੱਕ ਜਿਹੜੇ ਕਬੀਰ ਫਰੀਦ ਦੇ ਸਲੋਕ ਨੇ, ਇਹਨਾਂ ਵਿੱਚ ਬਹੁਤ ਵਿਰਾਗ ਹੈ। ਇਹ ਤਾਂ ਜਦੋਂ ਇਹਨਾਂ ਦੀ ਬਾਣੀ ਪੜ੍ਹੀਏ, ਕਥਾ ਵੀ ਕਰਦੇ ਹਾਂ, ਤਾਂ ਬਹੁਤ ਆਪਣੇ ਆਪ ਨੂੰ ਖੁਦ ਹੀ ਵਿਰਾਗ ਆ ਜਾਂਦਾ। ਨੌਵੇਂ ਪਾਤਸ਼ਾਹ ਦੇ ਸਲੋਕ ਜਿਹੜੇ ਪੜ੍ਹਦੇ ਹਾਂ, ਜਦੋਂ ਆਪਾਂ ਜੇ ਕਿਤੇ ਉਹਨੂੰ ਸਹੀ ਧੁਨੀ ਵਿੱਚ ਪੜ੍ਹੀਏ, ਵਿਰਾਗਮਈ ਧੁਨੀ ਵਿੱਚ, ਗੁਰਬਾਣੀ ਉਪਦੇਸ਼ .org 'ਤੇ ਮੈਂ USA ਮੈਨੂੰ ਸੰਗਤ ਕਹਿੰਦੀ ਵੀ ਨੌਵੇਂ ਪਾਤਸ਼ਾਹ ਸਲੋਕ ਉਸੇ ਵਿਰਾਗ 'ਚ ਪੜ੍ਹ ਕੇ ਸੁਣਾਓ, ਜੋ ਟਕਸਾਲ ਦੇ ਵਿੱਚ ਚੱਲਦੀ ਹੈ, ਜਿਸ ਢੰਗ ਨਾਲ ਪੜ੍ਹਦੇ ਹੈ ਰੀਤੀ ਚੱਲਦੀ ਹੈ। ਮੈਂ ਬੜੇ ਵਿਰਾਗ ਵਿੱਚ ਨੌਵੇਂ ਪਾਤਸ਼ਾਹ ਦੇ ਸਲੋਕ ਬੜੇ ਖੁਦ ਤੋਂ ਹੀ ਨਹੀਂ ਸੁਣ ਹੁੰਦੇ, ਪੜ੍ਹ ਲਈਏ ਤਾਂ ਇੰਨਾ ਵਿਰਾਗ ਆ ਜਾਂਦਾ ਕਿ ਫਿਰ ਬੰਦਾ ਕਹਿੰਦਾ ਇਹ ਸੰਸਾਰ ਹੈ ਹੀ ਕੁਛ, ਚਲੋ ਬਈ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਵਿਰਾਗੀ ਹੋ ਕੇ ਲਿਵ ਲਾਉਂਦਾ ਹੈ, ਉਹ ਪਰਮੇਸ਼ੁਰ ਦੀ ਖੋਜ ਕਰਦਾ, ਜਿਨ੍ਹਾਂ ਨੂੰ ਸਹੀ ਖੋਜ ਮਿਲ ਜਾਂਦੀ ਗੁਰਬਾਣੀ ਦੇ ਰਾਹੀਂ,
ਫਰੀਦਾ ਜੰਗਲ ਜੰਗਲ ਕਿਆ ਭਵ ਹੈ ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀ ਆ ਜੰਗਲ ਕਿਆ ਢੂੰਡੇ। ਫਰੀਦ ਜੀ ਕਹਿੰਦੇ ਜੰਗਲ 'ਚ ਨਹੀਂ ਹੈ ਉਹ ਹਿਰਦੇ 'ਚ ਵਸਿਆ ਹੋਇਆ ਉਹਨੂੰ ਹਿਰਦੇ 'ਚ ਲੱਭ। ਨੌਵੇਂ ਪਾਤਸ਼ਾਹ ਕਹਿੰਦੇ ਯਾ ਪੀਤਰ ਜੋ ਰਾਮ ਵਸਤ ਹੈ ਸੱਚੋ ਤਾਹੇ ਪਛਾਣੋ। ਇੱਕੋ ਪੰਕਤੀ ਬਹੁਤ ਹੈ, ਅੰਦਰ ਆਪਣੇ ਆਤਮਾ ਹੈ, ਆਤਮਾ ਹੀ ਪਰਮੇਸ਼ਰ ਹੈ, ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮੈਂ। ਗਿਆਨ ਦੀ ਬਹੁਤੀ ਲੋੜ ਨਹੀਂ। ਇਹ ਜਿਹੜੀ ਅਸੀਂ ਕਥਾ ਕਰਦੇ ਹਾਂ ਇਹ ਤਾਂ ਚਲੋ ਕਰਦੇ ਹਾਂ, ਵੈਸੇ ਤਾਂ ਇੱਕ ਕਥਾ ਹੀ ਸਿਰਫ ਗਿਆਨ ਵਧਾ ਦਿੰਦੀ ਇਨਸਾਨ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਕਥਾ 'ਚ ਹੀ ਕਿਰਪਾ ਕਰ ਦਿੰਦੇ ਆ। ਕਈ ਵਾਰ ਅਸੀਂ ਦੇਖਿਆ ਕਈ ਬੰਦੇ ਕਹਿਣਗੇ ਮੈਂ ਕਥਾ ਸੁਣਨੀ ਸ਼ੁਰੂ ਕੀਤੀ, 5 ਮਿੰਟ ਬਾਅਦ ਦਾੜੀ ਕੇਸ ਰੱਖੇ ਹੁੰਦੇ ਉਹਨੇ, 5 ਮਿੰਟਾਂ ਬਾਅਦ ਅੰਮ੍ਰਿਤ ਛਕਣ ਨੂੰ ਮਨ ਬਣ ਜਾਂਦਾ। ਕਿਉਂਕਿ ਜਦੋਂ ਵਿਰਾਗ ਹੁੰਦਾ ਤਾਂ ਪਤਾ ਹੀ ਨਹੀਂ ਲੱਗਦਾ ਇਨਸਾਨ ਦਾ। ਇਸੇ ਤਰ੍ਹਾਂ ਕਿਸੇ ਦੇਸ਼ 'ਚ ਬਰਫ਼ ਪੈ ਰਹੀ, ਉੱਧਰੋਂ ਟਰੱਕ ਵਿੱਚ 2 ਜਣੇ ਬੈਠੇ ਕਥਾ ਸੁਣ ਰਹੇ, ਇੱਕ ਬੰਦਾ ਬਾਹਰ ਖੜ੍ਹਾ ਕਹਿੰਦਾ ਆਓ ਹੁਣ ਲੰਚ ਦਾ ਟਾਈਮ ਹੋ ਗਿਆ ਆਪਾਂ ਰੋਟੀ ਖਾਣੀ ਹੈ। ਉਹ ਕਹਿੰਦੇ ਸਿਰਫ 5 ਮਿੰਟ ਬਸ, ਆ ਥੋੜ੍ਹੀ ਜਿਹੀ ਕਥਾ ਰਹੇ। ਉਹ ਕਹਿੰਦੇ ਛੱਡੋ ਕਥਾ ਕੁਥਾ ਨੂੰ ਪਰੇ, ਰੋਟੀ ਖਾਈਏ। ਉਹ ਕਹਿੰਦਾ 5 ਮਿੰਟ ਬਸ, ਅੰਦਰ ਬਹਿ ਜਾ, ਆ ਜਾ ਹੀਟ 'ਚ ਆ ਜਾ, ਤੂੰ ਬਾਹਰ ਨਾ ਖੜ੍ਹ। ਉਹ ਵੀ ਬਹਿ ਗਿਆ। ਉਹ 5 ਮਿੰਟਾਂ ਬਾਅਦ ਉੱਚੀ ਉੱਚੀ ਰੋਣ ਲੱਗ ਗਿਆ। ਕਹਿੰਦੇ ਅਸੀਂ ਕਿ ਪਤਾ ਨਹੀਂ ਕੀ ਹੋ ਗਿਆ, ਕੀ ਹੋ ਗਿਆ? ਕਹਿੰਦਾ ਉਹ ਜੰਮਣ ਮਰਨ ਦੀ ਗੱਲ ਆਈ ਤਾਂ ਮੈਨੂੰ ਵੀ ਆ ਵੀ ਜੰਮਣਾ ਮਰਨਾ ਘਟਾਈਏ। 5 ਮਿੰਟ 'ਚ ਬੰਦਾ ਬਦਲ ਗਿਆ ਅਤੇ ਮੈਨੂੰ ਬੰਦਾ ਕਹਿੰਦਾ ਵੀ ਘਰ ਆਓ ਅਤੇ ਬੈਠੇ ਜਾ ਕੇ ਅੰਮ੍ਰਿਤ ਛੱਕ ਕੇ ਹੀ ਦਮ ਲਿਆ ਉਸ ਬੰਦੇ ਨੇ। ਕਹਿੰਦਾ ਬਈ ਇਹ ਤਾਂ ਬਸ ਉਹ ਵਿਰਾਗੀ ਹੋ ਗਿਆ, ਰੋਣ ਲੱਗ ਪਿਆ। ਕਹਿਣ ਤੋਂ ਭਾਵ ਜਦੋਂ ਵਿਰਾਗ ਆਉਂਦਾ ਅੱਖਾਂ 'ਚੋਂ, ਕਈ ਕਹਿੰਦੇ ਮੈਂ ਬਾਣੀ ਪੜ੍ਹਦਾ ਮੇਰੀ ਅੱਖਾਂ 'ਚ ਪਾਣੀ ਪਤਾ ਨਹੀਂ ਕਿਆ ਆਉਂਦਾ। ਇਹ ਵਿਰਾਗ ਦਾ ਜਲ ਹੈ, ਮੈਂ ਨੀਰ ਵਹੇ ਵਹਿ ਚੱਲਿਆ ਜੀ, ਉਹ ਫਿਰ ਵਿਰਾਗ ਆ ਜਾਂਦਾ ਅੱਖਾਂ 'ਚ। ਕਿਉਂਕਿ ਆਪਣੀ ਆਤਮਾ ਜਿਹੜੀ ਅੰਦਰ, ਪੁੱਛੋ ਆਪਣੇ ਆਪ ਨੂੰ ਕਿੰਨੇ ਜਨਮ ਹੋ ਗਏ ਵਿਛੜਿਆਂ ਨੂੰ, ਬਹੁਤ ਜਨਮ ਵਿਛੜੇ ਥੇ ਮਾਧਵ। ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਸਾਨੂੰ ਵਿਛੜਿਆਂ ਨੂੰ ਬਹੁਤ ਸਮਾਂ ਹੋ ਗਿਆ, ਵਿਛੜਿਆਂ ਵੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ। ਮੇਨ ਗੱਲ ਤਾਂ ਇਹੀ ਵੀ ਆਪਾਂ ਵਿਛੜੇ ਹੋਏ ਹਾਂ, ਵਿਛੜੇ ਹੋਏ ਹੁਣ ਵੀ ਹਾਂ, ਜਿਉਂਦੇ ਜੀ ਜਿਹੜਾ ਪਰਮੇਸ਼ੁਰ ਨੂੰ ਮਿਲ ਜਾਂਦਾ ਮਿਲ ਜਾਂਦਾ। ਮਰਨ ਤੋਂ ਬਾਅਦ ਆਪਾਂ ਅਰਦਾਸ ਜ਼ਰੂਰ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਸਾਧ ਸੰਗਤ। ਕਈ ਦੁਨਿਆਵੀ ਗੱਲਾਂ ਹੁੰਦੀਆਂ, ਅਸੀਂ ਟੋਕਦੇ ਨਹੀਂ ਇਹਨਾਂ ਗੱਲਾਂ ਤੋਂ ਤੁਹਾਨੂੰ, ਪਰ ਸਤਿਗੁਰੂ ਕਹਿੰਦੇ ਨੇ ਜਿਉਂਦੇ ਜੀ ਤਾਂ ਤੂੰ ਜੁੜਿਆ ਨਾ, ਮਰਨ ਤੋਂ ਬਾਅਦ ਕਿਵੇਂ ਜੁੜੇਗਾ? ਇਉਂ ਨਹੀਂ, ਇਹ ਰੂਹ ਪਰਮੇਸ਼ੁਰ ਦੇ ਚਰਨਾਂ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਜਿਵੇਂ ਤੈਨੂੰ ਢੰਗ ਤਰੀਕਾ ਦੱਸਿਆ, ਗੁਰੂ ਵਾਲਾ ਬਣ ਕੇ, ਅੰਮ੍ਰਿਤ ਛੱਕ ਕੇ, ਨਿਤਨੇਮੀ ਬਣ ਕੇ, ਕ੍ਰਹਿਤਾਂ ਤੋਂ ਬਚ ਕੇ, 5 ਕਕਾਰੀ ਹੋ ਕੇ, ਭਾਈ ਫਿਰ ਗੁਰੂ ਵਾਲਾ ਬਣ ਕੇ ਹੀ ਤੂੰ ਜੁੜ ਸਕਦਾ, ਫਿਰ ਸੱਚਖੰਡੀਆ ਹੋ ਸਕਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਹੀ ਸਮਝ ਲੱਗ ਜਾਂਦੀ ਹੈ ਉਹ ਰੱਬ ਨੂੰ ਬਾਹਰ ਨਹੀਂ ਲੱਭਦੇ। ਆਤਮ ਮਹਿ ਪਾਰ ਬ੍ਰਹਮ ਲਹੰਤੇ, ਉਹ ਆਤਮ ਹੁੰਦਾ ਮਨ ਦੇ ਵਿੱਚ ਹੀ, ਪਾਰ ਬ੍ਰਹਮ ਪਰਮੇਸ਼ੁਰ ਨੂੰ ਲਹੰਤੇ ਲੱਭ ਲੈਂਦੇ ਨੇ, ਜਾਣ ਲੈਂਦੇ ਨੇ। ਵੈਸੇ ਗੱਲ ਔਖੀ ਨਹੀਂ ਹੈ, ਆਪਾਂ ਉੱਦਾਂ ਲਟਕਾਉਣੀ ਹੈ ਗੱਲ ਨੂੰ, ਜਾਣ ਕੇ ਸੀਰੀਅਸ ਹੋ ਕੇ ਬੈਠਦੇ ਨਹੀਂ ਹੈਗੇ। ਜੇ ਤੁਸੀਂ ਸੀਰੀਅਸ ਹੋ ਕੇ ਬੈਠ ਗਏ ਹੋ, ਇਹ ਥੋੜ੍ਹੇ ਦਿਨ ਦੀ ਖੇਡ ਹੁੰਦੀ ਹੈ। ਜਦੋਂ ਆਪਾਂ ਨੂੰ ਪਤਾ ਹੈ ਕਿ ਮੇਰੇ ਅੰਦਰ ਹੀ ਪਰਮਾਤਮਾ ਹੈ, ਪੋਹ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਚਾਹੀ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਜੇ ਖੋਜਣਾ ਤਾਂ ਸੱਚਮੁੱਚ ਬੈਠੋ, ਫਿਰ ਦੂਰ ਨਹੀਂ ਹੈ। ਦੂਰ ਨਾ ਹੀ ਮੇਰੋ ਪ੍ਰਭ ਪਿਆਰਾ, ਸੋ ਪ੍ਰਭ ਦੂਰ ਨਾ ਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ੁਰ ਤੇ ਇੱਥੋਂ ਦੂਰ ਨਹੀਂ ਹੈ ਬੰਦਿਆ, ਤੇਰੇ ਅੰਦਰ ਹੀ ਬੈਠਾ। ਜਿਵੇਂ ਕੋਈ ਮਹਾਤਮਾ ਦੇ ਕੋਲ ਬੰਦਾ ਜਾ ਕੇ ਬੈਠਾ, ਬਾਬਾ ਜੀ ਇਹ ਪਰਮੇਸ਼ੁਰ ਹੈ? ਕਹਿੰਦੇ ਰੱਬ ਹੈ। ਕਹਿੰਦੇ ਹਾਂ ਭਾਈ ਹੈ। ਮਹਾਂਪੁਰਸ਼ੋ ਤੁਸੀਂ ਤਾਂ ਪਹੁੰਚੇ ਹੋਏ, ਮੈਨੂੰ ਦਰਸ਼ਨ ਕਰਾ ਦਿਓ। ਕਹਿੰਦੇ ਕੋਈ ਗੱਲ ਨਹੀਂ, ਤੂੰ ਇੱਦਾਂ ਕਰ, ਇਸ਼ਨਾਨ ਪਾਣੀ ਕਰਕੇ ਆਇਆ। ਹਾਂ ਜੀ। ਜਾਂ ਇੱਕ ਵਾਰੀ ਆਪਣੇ ਸੁੱਚੇ ਵਸਤਰ ਪਾ ਕੇ ਕੇਸੀ ਇਸ਼ਨਾਨ ਕਰਕੇ ਇੱਥੇ ਬੈਠ, ਮੇਰੇ ਕੋਲ ਬਹਿ ਕੇ 2-3 ਘੰਟਿਆਂ 'ਚ ਸਿਮਰਨ ਕਰ, ਤੈਨੂੰ ਪਰਮੇਸ਼ੁਰ ਦੇ ਪ੍ਰਕਾਸ਼ ਦਾ ਅਨੁਭਵ ਕਰਾਈਏ। ਘੜੀ ਵੱਲ ਦੇਖ ਕੇ ਕਹਿੰਦਾ ਮਹਾਰਾਜ ਮੈਂ ਤਾਂ ਦੁਕਾਨ ਦਾ ਟਾਈਮ ਹੋਇਆ ਵਾ ਉੱਧਰ, ਮੈਂ ਤਾਂ ਜਾ ਕੇ ਦੁਕਾਨ ਖੋਲ੍ਹਣੀ ਆਪਣੀ। ਕੌਡੀਆਂ ਦਾ ਵਪਾਰੀ ਜਿਹੜਾ ਹੁੰਦਾ ਉਹ ਕਦੇ ਹੀਰਿਆਂ ਦਾ ਵਪਾਰ ਨਹੀਂ ਕਰ ਸਕਦਾ।
किन्ही बंजिया कांसी तांबा किन्ही लौंग सुपारी संतो बंजिया नाम गोबिंद का ऐसी खेप हमारी गल्लां करनिया रब दियां ते फसिया होया बराग तो छड़ के माया विच कम्मा विच स्वादां विच आ अमृत ताइयों नहीं छकदे झिझकी जे जाणगे कई कहणगे ना मैं खांदा पींदा तो कुछ नहीं मैं जदों सारा देखदा ना खांदा पींदा भी कुछ नहीं हो ਇਹ ਫਿਰ ਕਿਤੇ ਪੁੱਠੇ ਪਾਸੇ ਜਾਂਦਾ ਹੋਣਾ ਕਿਉਂਕਿ ਅਸੀਂ ਕਰਾਇਤ ਤੋਂ ਰੋਕਣਾ ਇਹ ਬੰਦਾ ਜਾਂਦਾ ਗਲਤ ਪਾਸੇ ਆ ਪਤਾ ਤਾਂ ਸਾਨੂੰ ਹੁੰਦਾ ਹੀ ਹੈ ਵੀ ਗਲਤ ਪਾਸੇ ਜਾਂਦਾ ਜਿਹੜੇ ਲੋਕ ਬੇਸਵਾਵਾਂ ਕੋਲ ਜਾਂਦੇ ਨੇ ਕੁਛ ਖਾਂਦੇ ਪੀਂਦੇ ਨਹੀਂ ਫਿਰ ਉਹ ਅੰਮ੍ਰਿਤ ਕਿਉਂ ਨਹੀਂ ਛਕਦੇ ਇਸੇ ਕਰਕੇ ਜਾਂ ਕਿਸੇ ਹੋਰ ਥਾਂ ਜਾਂਦੇ ਹੋ ਇਸ ਕਰਕੇ ਲੋਕ ਕਹਿੰਦੇ ਸਾਡੇ ਸਵਾਦ ਖਰਾਬ ਹੋ ਜਾਣਗੇ ਜ਼ਿੰਦਗੀ ਦੇ ਜੇ ਅਸੀਂ ਕਿਉਂਕਿ ਸਤਿਗੁਰੂ ਕਹਿੰਦੇ ਤੂੰ ਅਸਲੀ ਜਿਹੜਾ ਆਨੰਦ ਸੀ ਅਸਲੀ ਸਵਾਦ ਸੀ ਉਹਨੂੰ ਛੱਡ ਕੇ ਐਵੇਂ ਜੇ ਤੁੱਛ ਜੇ ਸਵਾਦ ਨੇ ਉਹਨਾਂ ਵਿੱਚ ਫਸਿਆ ਹੋਇਆ ਮਹਾਰਾਜ ਕਹਿੰਦੇ ਨੇ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁੱਖ ਭੰਨਿਆ ਉਸ ਮਾੜੇ ਮਾੜੇ ਸਵਾਦਾਂ ਵਿੱਚ ਬੰਦਾ ਫਸਿਆ ਹੋਇਆ ਸਤਿਗੁਰੂ ਕਹਿੰਦੇ ਆਤਮ ਦੇ ਵਿੱਚ ਮਨ ਵਿੱਚ ਪਾਰ ਬ੍ਰਹਮ ਨੂੰ ਲੱਭ ਨਹੀਂ ਸਕਿਆ ਬੈਠ ਕੇ ਰੋਜ਼ ਇੱਥੇ ਅਰਦਾਸਾਂ ਸਾਰਿਆਂ ਥਾਵਾਂ 'ਤੇ ਪੂਰੇ ਵਰਲਡ ਵਿੱਚ ਸਿੱਖ ਅਰਦਾਸ ਕਰਦਾ ਦਸਾਂ ਗੁਰਾਂ ਦੀ ਜਾਗ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਜੋਤ ਹੈ ਨਾ ਉਹ ਜੋਤ ਦੇ ਇੱਕ ਪਰਸੋਂ ਮੈਂ ਕਥਾ ਸੁਣਾ ਅਰਥੀ ਬਦਲੇ ਬੰਦੇ ਨੇ ਉਹਨੇ ਅਰਥੀ ਬਦਲਦੇ ਜੋਤ ਤਾਂ ਪ੍ਰਕਾਸ਼ ਹੈ ਇੱਕ ਉਹਨੇ ਜੋਤ ਦਾ ਅਰਥ ਵਿਚਾਰ ਕਰਤਾ ਜਾਂ ਹੋਰ ਦੋ ਤਿੰਨ ਅਰਥ ਨਵੇਂ ਹੀ ਕੱਢਤੇ ਲਓ ਲੋਕ ਸਿਧਾਂਤ ਨੂੰ ਹੀ ਚੇਂਜ ਕਰ ਦਿੰਦੇ ਨੇ ਜੋਤ ਹੈ ਆ ਪ੍ਰਕਾਸ਼ ਹੈ ਆ ਸਭ ਮੈਂ ਜੋਤ ਜੋਤ ਹੈ ਸੋਏ ਫਿਰ ਉਹ ਚਾਨਣ ਕਿੱਥੇ ਆ ਗਿਆ ਤਿਸਦਾ ਚਾਨਣ ਜੋਤ ਦਾ ਹੀ ਚਾਨਣ ਹੁੰਦਾ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵ ਹੈ ਸਵਾਰਤੀ ਹੋਏ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਜੋਤ ਸਾਡੇ ਸਰੀਰ ਵਿੱਚ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ ਇੱਥੇ ਵਿਚਾਰ ਦੀ ਗੱਲ ਕਿੱਥੋਂ ਆ ਗਈ ਧਰੀ ਹੋਈ ਜੋਤ ਅੰਦਰ ਪਟਿਆਲੇ ਕੋਈ ਬਜ਼ੁਰਗ ਆਇਆ ਮੇਰੇ ਕੋਲੋਂ ਕਥਾ ਸੁਣਦੇ ਹੁੰਦੇ ਸੀ ਕਹਿੰਦੇ ਅਰਦਾਸ ਕਰੋ ਮੈਂ ਅੱਖਾਂ ਠੀਕ ਕਰਾਉਣ ਗਿਆ ਸੀ ਨਿਗਾਹ ਬਹੁਤ ਘੱਟ ਗਈ ਹੈ ਮੈਂ ਕਿਹਾ ਡਾਕਟਰ ਨੇ ਕੀ ਕਿਹਾ ਕਹਿੰਦਾ ਡਾਕਟਰ ਕਹਿੰਦਾ ਬਾਬਾ ਹੁਣ ਤਾਂ ਪਿੱਛੋਂ ਹੀ ਜੋਤ ਖਤਮ ਹੋ ਗਈ ਤੇਰੀ ਡਾਕਟਰ ਵੀ ਮੰਨਦੇ ਜੋਤ ਹੈ ਅੱਖਾਂ ਵਿੱਚ ਜੋਤ ਆਪਣਾ ਸੰਜਾਖੀਆਂ ਅੱਖਾਂ ਦੇ ਜੇ ਸੂਰਜ ਨਾ ਚੜ੍ਹੇ ਤਾਂ ਹਨੇਰੇ ਵਿੱਚ ਅੱਖਾਂ ਦੇਖ ਨਹੀਂ ਸਕਦੀਆਂ ਹੈ ਤਾਂ ਸਹੀ ਪਰ ਜਿਹੜੇ ਸੂਰਜ ਆ ਉਹ ਵੀ ਚਾਨਣ ਕਰਦਾ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਅੰਦਰ ਹੈ ਪਰਮੇਸ਼ਰ ਅੰਦਰ ਨੂੰ ਨਿਗਾਹ ਮਾਰੋ ਦਿਖਦਾ ਤਾਂ ਕੁਛ ਵੀ ਨਹੀਂ ਅੰਦਰ ਨੂੰ ਆਪਣੇ ਅੰਦਰ ਨੂੰ ਪਰ ਸਤਿਗੁਰੂ ਕਹਿੰਦੇ ਹੌਲੀ ਹੌਲੀ ਜਦੋਂ ਤੂੰ ਅਭਿਆਸ ਕਰੇਗਾ ਪੁਕਾਰ ਕਰੇਗਾ ਰਾਤ ਦਿਵਸ ਕੇ ਕੁੱਕ ਨੇ ਕਭੋ ਕੇ ਸੁਣੇ ਪੁਕਾਰ ਅੰਦਰੋਂ ਵਾਹਿਗੁਰੂ 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 ਅੰਦਰ ਨੂੰ ਦੇਖੋ ਇੱਕ ਦਿਨ ਨਹੀਂ ਸਾਲ ਦੋ ਸਾਲ ਤਿੰਨ ਸਾਲ ਮਿਹਨਤ ਅਭਿਆਸ ਕਰੀ ਜਾਓ ਤਰਲੇ ਮਿਹਨਤਾਂ ਦਰਸ਼ਨ ਦੀਜੈ ਖੋਲ ਕਿਵਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਈ ਕਰੋੜਾਂ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਹਮੇਸ਼ਾ ਹੀ ਪਿਆਸ ਲੱਗੀ ਰਹਿੰਦੀ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਾਲ ਬਲ ਜਾਸਾ ਮਹਾਰਾਜ ਕਹਿੰਦੇ ਜਿਹਨੂੰ ਦਰਸ਼ਨਾਂ ਦੀ ਪਿਆਸ ਹੁੰਦੀ ਹੈ ਮੈਂ ਬਲਿਹਾਰ ਜਾਵਾਂ ਉਹਦੇ ਤੋਂ ਬਲਿਹਾਰ ਜਾਵਾਂ ਕਾਂਖੀ ਇੱਕ ਹੈ ਦਰਸ਼ ਤੁਹਾਰੋ ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਕਾਂਕਸ਼ਾ ਹੈ ਇੱਛਾ ਹੈ ਨਾਨਕ ਉਨ ਸੰਗ ਮੋਹੇ ਉਧਾਰੋ ਉਹਨਾਂ ਦੀ ਸੰਗਤ ਦੇ ਦਿਓ ਮੇਰਾ ਵੀ ਭਲਾ ਹੋ ਜਾਵੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਜੋ ਪ੍ਰਕਾਸ਼ ਸਰੂਪ ਵਿਆਪਕ ਅਵਿਨਾਸੀ ਦਰਸ਼ਨਾਂ ਦੀ ਇੱਛਾ ਹੈ ਜਿਨ੍ਹਾਂ ਨੇ ਆਤਮਾ ਵਿੱਚ ਪਾਰ ਬ੍ਰਹਮ ਨੂੰ ਲੱਭਿਆ ਉਹਨਾਂ ਨੂੰ ਇੱਛਾ ਸੀ ਤਿੰਨ ਕਉ ਮਿਲਿਓ ਪ੍ਰਭ ਅਵਿਨਾਸ਼ ਉਹਨਾਂ ਨੂੰ ਅਵਿਨਾਸ਼ੀ ਨਾਸ ਤੋਂ ਰਹਿਤ ਪਰਮੇਸ਼ਰ ਮਿਲ ਗਿਆ ਦੁਨੀਆਂ 'ਚ ਇਹੀ ਜੀ ਕੋਈ ਚੀਜ਼ ਨਹੀਂ ਜਿਹਨੂੰ ਆਪਾਂ ਨਾ ਚਾਹੀਏ ਅਤੇ ਮਿਲੇ ਨਾ ਹਰ ਕੰਮ ਹੋ ਜਾਂਦਾ ਦੁਨੀਆਂ 'ਚ ਹਰੇਕ ਚੀਜ਼ ਮਿਲ ਜਾਂਦੀ ਹੈ ਪਾਠ ਕਰਨ ਨਾਲ ਬੰਦਗੀ ਕਰਨ ਨਾਲ ਪਾਠ ਇੱਥੇ ਹੁੰਦੇ ਘਰਾਂ 'ਚ ਹੁੰਦੇ ਅਰਦਾਸ ਹੁੰਦੀ ਸ਼ੁਕਰਾਨੇ ਦੇ ਵੀ ਹੁੰਦੇ ਨੇ
ਮੈਨੂੰ ਆਹ ਮਿਲ ਜੇ, ਮੇਰਾ ਆਹ ਕੰਮ ਬਣ ਜੇ, ਮੇਰਾ ਆਹ ਕੰਮ ਬਣ ਜੇ, ਪਰ ਕੋਈ ਬੰਦਾ ਦੁਨੀਆ 'ਚ ਕਦੇ ਪਾਠ ਕਰਾਉਂਦਾ ਹੋਵੇ ਦੇਖਿਆ ਹੋਵੇ? ਇੱਥੇ ਦੇ ਗ੍ਰੰਥੀ ਸਿੰਘ ਨੂੰ ਪੁੱਛੋ, ਕੋਈ ਅੱਜ ਤੱਕ ਪਾਠੀ ਨੂੰ ਪੁੱਛੋ ਵੀ ਤੈਨੂੰ ਕਿਸੇ ਬੰਦੇ ਨੇ ਕਿਹਾ ਮੈਂ ਅਖੰਡ ਪਾਠ ਤਾਂ ਕਰਾ ਰਿਹਾ ਕਿ ਮੈਨੂੰ ਗੁਰੂ ਦੇ ਪਰਮੇਸ਼ਰ ਦੇ ਦਰਸ਼ਨ ਹੋ ਜਾਣ? ਨਹੀਂ ਕਿਉਂ ਕਰਾਉਂਦਾ? ਕੋਈ ਬੰਦਾ ਨਹੀਂ ਕਹਿੰਦਾ ਕਿ ਸਾਨੂੰ ਨਾਮਦਾਨ ਮਿਲੇ ਤਾਂ ਸਿੱਖੀ ਮਿਲੇ, ਸਿੱਖੀ ਲਈ ਪਾਠ ਕਰਾ ਰਿਹਾ, ਨਾਮ ਲਈ ਪਾਠ ਕਰਾ ਰਿਹਾ, ਕਿਉਂਕਿ ਆਪਣੇ ਮਨੋਰਥਾਂ ਲਈ ਸਾਰੇ ਪਾਠ ਕਰਾਉਂਦੇ ਨੇ। ਜੇ ਕੋਈ ਪਾਠ ਘਰ 'ਚ ਕਰਦਾ, ਇੱਥੇ ਕਰਦਾ, ਸੁਖਮਨੀ ਸਾਹਿਬ, ਪੰਜ ਬਾਣੀਆਂ, ਤਾਂ ਵੀ ਸਾਡੇ ਸੰਕਲਪ ਫੁਰਨੇ ਜਿਹੜੇ ਨੇ ਉਹ ਪਦਾਰਥਾਂ ਦੇ ਹੀ ਬਣ ਜਾਂਦੇ ਨੇ। ਸੇਵਾ ਕਰਤ ਹੋਏ ਨਿਹਕਾਮੀ, ਨਿਹਕਾਮ ਨਹੀਂ ਹੁੰਦੇ ਅਸੀਂ। ਸਤਿਗੁਰੂ ਕਹਿੰਦੇ ਨਿਸਕਾਮ ਹੋ ਕੇ ਨਹੀਂ ਕਰਦੇ, ਅੰਦਰ ਪਰਮੇਸ਼ਰ ਨੂੰ ਲੱਭਣ ਦਾ ਯਤਨ ਕਰੋ। ਕਦੇ ਕਦੇ ਕੋਈ ਚੰਗੇ ਬੰਦੇ ਵੀ ਮਿਲ ਜਾਂਦੇ ਆ, ਕੋਈ ਪਰਿਵਾਰ ਐਸੇ ਨੇ ਜਿਹੜੇ ਕਹਿੰਦੇ ਸੈਟਿਸਫੈਕਸ਼ਨ ਹੈ ਪੂਰੀ, ਬੱਚੇ ਸੈੱਟ ਹੈ, ਪੈਸਾ ਵੀ ਕੋਲ ਹੈ, ਪੂਰਾ ਵਧੀਆ, ਹੁਣ ਅਸੀਂ ਬਸ ਸਿਰਫ ਇਹ ਹੀ ਮੰਗਦੇ ਹਾਂ ਕਿ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਜੁੜ ਜਾਈਏ ਬਸ। ਉਹ ਪਰ ਮਹਾਰਾਜ ਕਹਿੰਦੇ ਕੋ ਬਿਰਲਾ ਗੁਰਮਤ ਚੱਲੇ ਜੀਉ, ਕੋਈ ਕੋਈ ਹੈ, ਕਈ ਕੋਟ ਮੰਗ ਹੈ ਸਤਸੰਗ, ਕਈ ਕਰੋੜਾਂ ਬੰਦੇ ਸਤਸੰਗਤ ਨੂੰ ਹੀ ਮੰਗਦੇ ਨੇ। ਕਈ ਸਾਨੂੰ ਇਹ ਪ੍ਰਤੱਖ ਚੀਜ਼ਾਂ ਵਰਦੀਆਂ ਰਹਿੰਦੀਆਂ, ਕਈ ਸਾਨੂੰ ਫੋਨ ਆਉਂਦੇ ਨੇ ਵੀ ਮੈਂ ਬਾਬਾ ਜੀ ਇਹੋ ਜਿਹੀ ਜਗ੍ਹਾ ਥਾਂ 'ਤੇ ਬੈਠਾ, ਇੱਥੇ ਸੰਗਤ ਨਹੀਂ ਹੈਗੀ ਬਿਲਕੁਲ, ਮੇਰਾ ਮਨ ਤੜਫਦਾ, ਮੈਨੂੰ ਸੰਗਤ ਮਿਲ ਜੇ। ਆ ਇਟਲੀ ਵੱਲ ਵੀ ਦੇਖਿਆ, ਮੈਂ ਕਿਹਾ ਗੁਰਦੁਆਰਾ ਸਾਹਿਬ ਰੋਜ਼ ਦਰਸ਼ਨ ਕਰਨ ਜਾਇਆ ਕਰੋ, ਕਹਿੰਦੇ ਹੈ ਹੀ 300 ਮੀਲ ਦੂਰ। ਇੱਧਰ ਵੀ ਆ ਪਰੇ ਜਾ ਕੇ ਅਡੰਬਰਾ ਵੱਲ ਵੀ, ਹੋਰ ਥਾਵਾਂ ਦੇ ਉੱਤੇ ਵੀ, ਤਾਂ ਇਹ ਜਿਹੜੀਆਂ ਪਰੀਆਂ ਪਰੇ ਥਾਂ ਗਲਾਸਗੋ ਤੋਂ ਪਰੇ ਪਰੇ ਜਾ ਕੇ, ਉਹ ਵਿਚਾਰੇ ਬੜਾ ਯਤਨ ਕਰਦੇ ਸਾਡੇ ਗੁਰਦੁਆਰਾ ਹੋਵੇ। ਸਤਸੰਗ ਜੀ, ਤੁਹਾਡੇ ਇੱਥੇ ਗੁਰੂ ਘਰ ਹੈ, ਸਤਸੰਗਤ ਹੈ, ਤੁਸੀਂ ਇਹਦਾ ਲਾਭ ਉਠਾਓ ਪੂਰਾ ਪੂਰਾ। ਇਹ ਤਾਂ ਭਾਗਾਂ ਵਾਲੇ ਹੋ, ਤੁਹਾਨੂੰ ਗੁਰਦੁਆਰਾ ਸਾਹਿਬ ਮਿਲਿਆ, ਤੁਹਾਨੂੰ ਸੰਗਤ ਮਿਲੀ ਹੋਈ ਆ, ਬਈ ਇੱਥੇ ਚੰਗੇ ਚੰਗੇ ਕਥਾਵਾਚ ਕੀਰਤਨੀ ਆਉਂਦੇ ਨੇ, ਲਾਹਾ ਉਠਾਓ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਵੀ ਗੁਰਸਿੱਖ ਆ ਜਾਏ ਉਹਦੀ ਸੇਵਾ ਕਰਿਆ ਕਰੋ, ਲੰਗਰ ਛਕਾਓ ਭਾਈ, ਉਹਨੂੰ ਪਿਆਰ ਨਾਲ ਅਰਦਾਸ ਕਰਾਓ। ਇੱਦਾਂ ਕਰਦੇ ਕਰਦੇ ਸੰਗਤਾਂ ਦੇ ਲੰਗਰ ਸੇਵਾ ਭਾਗਾਂ ਨਾਲ ਸੰਗਤ ਮਿਲਦੀ। ਪੁੱਛੋ ਜਿਨ੍ਹਾਂ ਨੂੰ, ਕਈ ਜਗ੍ਹਾ ਸੀ ਕਹਿੰਦੇ 5 ਸਿੰਘ ਨਹੀਂ ਮਿਲਦੇ ਪ੍ਰਸ਼ਾਦਾ ਛਕਾਉਣ ਨੂੰ, ਕਹਿੰਦੇ 5 ਸਿੰਘ ਮਿਲਦੇ ਹੀ ਨਹੀਂ, ਕੀ ਕਰੀਏ ਅਸੀਂ? ਕਈ ਜਗ੍ਹਾ ਹੀ ਐਸੀਆਂ ਹੁੰਦੀਆਂ ਨੇ, ਸਤਸੰਗਤ ਭਾਗਾਂ ਨਾਲ ਮਿਲਦੀ ਹੈ, ਸੱਤ ਦੀ ਪ੍ਰਾਪਤੀ ਦੀ ਸੰਗਤ ਭਾਗਾਂ ਨਾਲ ਮਿਲਦੀ ਹੈ। ਮੈਂ ਜਦੋਂ ਆ ਦੂਜੀਆਂ ਚੀਜ਼ਾਂ ਦੇਖਦਾ, ਲੜਾਈ ਝਗੜੇ, ਈਰਖਾ, ਦਵੈਸ਼ ਆਪਸ ਵਿੱਚ, ਮੈਂ ਕਹਿੰਦਾ ਇਹ ਤਾਂ ਹੋਰ ਹੀ ਦਿਸ਼ਾ ਨੂੰ ਚੱਲ ਪਏ ਸਾਰੇ ਜਾਣੇ। ਜਿਸ ਕੰਮ ਲਈ ਗੁਰੂ ਘਰ ਬਣੇ ਆ, ਨਾਨਕ ਕਹਿ ਘਰ ਕੇਵਲ ਨਾਮ ਲਈ ਗੁਰੂ ਘਰ ਬਣੇ ਆ, ਨਾਮ ਘਰ ਨੇ ਇਹ, ਨਾਮ ਜਪੋ ਇੱਥੇ ਬੈਠ ਕੇ, ਬਸ ਆਪਣੀ ਜ਼ਿੰਦਗੀ ਦਾ ਸੁਧਾਰ ਕਰੋ। ਨਾਮ ਜਪਣ ਨਾਲ ਆਪਣੇ ਆਪ ਹਿਰਦਾ ਸ਼ੁੱਧ ਹੁੰਦਾ, ਅਤੇ ਨਾਮ ਜਪਣ ਨਾਲ ਆਪੇ ਮਹਾਰਾਜ ਦਸਵੇਂ ਪਾਤਸ਼ਾਹ ਨੇ, ਇਹ ਤਾਂ ਨਹੀਂ ਸੀ ਕਿ ਪਹਿਲਾਂ ਹੀ ਜੰਗ ਸ਼ੁਰੂ ਕਰਤੇ ਉਹਨਾਂ ਨੇ। ਜੇ ਕੋਈ ਕਹੇ ਜੀ ਇਹ ਬਾਲਾ ਫੜਨ ਨਾਲ ਐ ਨਹੀਂ ਹੁੰਦਾ, ਪਹਿਲਾਂ ਉਹਨਾਂ ਨੇ ਇਹ ਵਿਧ ਕਰਤ ਤਪੱਸਿਆ ਭਇਓ ਦਵੈ ਅਤੇ ਏਕ ਰੂਪ ਹਵੈ ਗਇਓ ਦੀ ਅਵਸਥਾ 'ਚ ਗਏ, ਉੱਥੋਂ ਹੁਕਮ ਹੋਇਆ ਤੁਸੀਂ ਦੁਨੀਆਂ 'ਚ ਜਾਓ, ਜਾ ਕੇ ਦੁਸ਼ਟਾਂ ਦਾ ਨਾਸ ਕਰੋ, ਅਤੇ ਤੁਸੀਂ ਜਾ ਕੇ ਭਗਤੀ ਦ੍ਰਿੜਾਓ, ਇਹ ਪੰਥ ਪ੍ਰਚਰ ਕਰਵੇ ਕਹੋ ਸਾਜਾ। ਮਹਾਰਾਜ ਕਹਿੰਦੇ ਮੈਨੂੰ ਹੁਕਮ ਹੋਇਆ ਜਾਓ ਦੁਸ਼ਟਾਂ ਦਾ ਨਾਸ ਕਰੋ, ਕਹਿੰਦੇ ਫੇਰ ਆਇਆ ਮੈਂ। ਪਹਿਲਾਂ ਸਭ ਤੋਂ ਬੰਦਗੀ ਹੈ, ਬੰਦਗੀ ਤੋਂ ਅੱਗੇ ਸਾਰੀਆਂ ਚੀਜ਼ਾਂ, ਫਿਰ ਜਦੋਂ ਬਖਸ਼ਿਸ਼ ਹੁੰਦੀ ਹੈ ਫਿਰ ਅਕਾਲ ਪੁਰਖ ਜੀ ਦਾ ਹੁਕਮ ਹੁੰਦਾ। ਕਾਰ ਸੇਵਾ ਵਾਲਿਆਂ ਨੂੰ ਜਦੋਂ ਹੁਕਮ ਹੋਇਆ ਸੀ ਬੰਦਗੀ ਕਰਕੇ ਹੋਇਆ, ਜਾਓ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਟੁੱਟੀ ਹੋਈ ਆ, ਜਾਓ ਬਣਵਾਓ। ਜਿਨ੍ਹਾਂ ਕਿਸੇ ਨੂੰ ਕਾਰ ਸੇਵਾ ਮਿਲੀ ਉਹ ਪਹਿਲਾਂ ਹੁਕਮ ਦੇ ਅੰਦਰ ਹੀ ਮਿਲੀ ਹੈ, ਗੁਰਦੁਆਰਿਆਂ ਦੀ ਸੇਵਾਵਾਂ ਮਿਲੀਆਂ। ਜਿਸ ਕਿਸੇ ਨੂੰ ਪ੍ਰਚਾਰ ਦੀ ਸੇਵਾ ਮਿਲੀ ਆ, ਉਹਨਾਂ ਨੂੰ ਪ੍ਰਚਾਰ ਦੀ ਸੇਵਾ ਨਿਰੰਕਾਰ ਜੀ ਵੱਲੋਂ ਹੋਈ ਹੈ। ਜਿਵੇਂ ਜਿਵੇਂ ਵੀ ਕਿਸੇ ਕਿਸੇ ਦੀ ਸੇਵਾ ਲੱਗੀ ਆ, ਉਹਨਾਂ ਨੂੰ ਸੇਵਾ ਨਿਰੰਕਾਰ ਜੀ ਵੱਲੋਂ ਹੀ ਮਿਲਦੀ ਆ। ਪਾਰ ਬ੍ਰਹਮ ਦਿਨ ਲਾਗਾ ਰੰਗ, ਉਹਨਾਂ ਨੂੰ ਪਾਪਾਂ ਪੁੰਨਾਂ ਤੋਂ ਪਰੇ ਜੋ ਪਾਰ ਬ੍ਰਹਮ ਪਰਮੇਸ਼ਰ ਉਹਦਾ ਰੰਗ ਪ੍ਰੇਮ ਲੱਗ ਗਿਆ, ਆਨੰਦ ਆ ਗਿਆ, ਕਿਉਂਕਿ ਉਹ ਸਤਸੰਗਤ ਮੰਗਦੇ ਨੇ। ਕਿਉਂਕਿ ਜਦੋਂ ਤੱਕ ਸੰਗਤ ਨਹੀਂ ਕਰਦੇ, ਸੰਗਤ ਵਿੱਚ ਮਹਾਰਾਜ ਕਹਿੰਦੇ ਨੇ ਬਿਨ ਸੰਗਤੀ ਸਭ ਐਸੇ ਰਹਿ ਹੈ ਜੈਸੇ ਪਾਸ ਢੋਰ। ਸੰਗਤ ਕਰਨ ਦੇ ਨਾਲ ਹੌਲੀ ਹੌਲੀ ਮਨ ਦੇ ਅੰਦਰੋਂ ਕਈ ਗੱਲਾਂ ਦੇ ਵਹਿਮ ਭਰਮ ਦੂਰ ਹੋ ਜਾਂਦੇ ਨੇ,
ਸੰਗਤ ਕਰਨ ਦੇ ਨਾਲ ਬਹੁਤ ਚੀਜ਼ਾਂ ਦਾ ਗਿਆਨ ਵੱਧ ਜਾਂਦਾ, ਉਹਨਾਂ ਦੇ ਅੰਦਰ ਫਿਰ ਪ੍ਰੇਮ ਲੱਗ ਜਾਂਦਾ ਪਰਮੇਸ਼ਰ ਦਾ। ਜਿਨ ਕਉ ਹੋਏ ਆਪ ਸੋ ਪ੍ਰਸੰਨ। ਹੁਣ ਪਰ ਇਹ ਬਚਨ ਹੁਣ ਮਹਾਰਾਜ ਅੱਠ ਪੰਗਤੀਆਂ ਉਚਾਰ ਕੇ ਫਿਰ ਦੋ ਪੰਗਤੀਆਂ ਹੀਰਲੀਆਂ 'ਚ ਹਮੇਸ਼ਾ ਫਿਰ ਆਪਣਾ ਵਿਚਾਰ ਦੱਸਦੇ ਸਾਨੂੰ ਕਿ ਜਿਨ੍ਹਾਂ ਦੇ ਉੱਤੇ ਆਪ ਪਰਮੇਸ਼ਰ ਜੀ ਪ੍ਰਸੰਨ ਹੁੰਦੇ ਨੇ, ਬਈ ਜਿਨ੍ਹਾਂ 'ਤੇ ਆਪ ਖੁਸ਼ ਹੋ ਜਾਂਦੇ ਨੇ। ਦੇਖੋ ਖੁਸ਼ੀ ਹੈ ਤੁਹਾਡੇ 'ਤੇ, ਬੇਸ਼ੱਕ ਤੁਸੀਂ ਸਮਝੋ ਨਾ ਸਮਝੋ, ਜੇ ਤੁਸੀਂ ਸੰਗਤ 'ਚ ਬੈਠੇ ਹੋ ਜਾਂ ਕਥਾ ਕੋਈ ਸੁਣ ਰਹੇ ਦੂਰ ਦੁਰਾਡਿਆਂ 'ਚ ਬੈਠੇ, ਉਹ ਤੁਹਾਡੇ 'ਤੇ ਪਰਮੇਸ਼ੁਰ ਪ੍ਰਸੰਨ ਹੈ। ਸਿੱਖਾਂ ਦੇ ਘਰੇ ਜਨਮ ਦਿੱਤਾ ਪਹਿਲਾਂ ਤਾਂ ਇਹੀ ਬਹੁਤ ਵੱਡੀ ਗੱਲ ਹੈ। ਸਿੱਖਾਂ ਦੇ ਘਰੇ ਬੜੀਆਂ ਚੀਜ਼ਾਂ ਤੋਂ ਬਚੇ ਹੋ ਤੁਸੀਂ, ਤੰਬਾਕੂ ਤੋਂ ਬਚੇ ਹੋ, ਸ਼ਰਾਬ ਤੋਂ ਬਚੇ ਹੋ, ਹੋਰ ਮਾੜੀਆਂ ਚੀਜ਼ਾਂ ਤੋਂ ਬਚੇ। ਆਪਾਂ ਸਿੱਖ ਨੂੰ ਬਹੁਤ ਅੱਛਾ ਇੱਕ ਸੰਤ ਅਤੇ ਸਿਪਾਹੀ ਦੋ ਪਦਵੀਆਂ ਦਿੱਤੀਆਂ, ਦੋ ਰੁਤਬੇ ਮਿਲੇ ਹੋਏ ਨੇ। ਮਹਾਰਾਜ ਕਹਿੰਦੇ ਆਤਮਿਕ ਤੌਰ 'ਤੇ ਵੀ ਅੰਦਰੋਂ ਵੀ ਰੰਗਿਆ ਜਾ ਅਤੇ ਬਾਹਰੋਂ ਵੀ ਬਾਣੇ ਵਿੱਚ ਆ। ਦੋ ਚੀਜ਼ਾਂ ਦਿੱਤੀਆਂ ਮਹਾਰਾਜ ਨੇ, ਦੋ ਖੰਭ ਹਨ ਆਪਣੇ। ਸਤਿਗੁਰੂ ਕਹਿੰਦੇ ਜਿਹਦੇ 'ਤੇ ਉਹ ਪਰਮੇਸ਼ੁਰ ਆਪ ਖੁਸ਼ ਹੁੰਦੇ ਨੇ, ਨਾਨਕ ਤੇਜਾਨ ਸਦਾ ਧਨ ਧੰਨ। ਸਤਿਗੁਰੂ ਕਹਿੰਦੇ ਉਹ ਧੰਨਤਾ ਦੇ ਯੋਗ ਹੈ, ਸਦਾ ਹੀ ਧੰਨਤਾ ਦੇ ਯੋਗ ਹੈ, ਹਮੇਸ਼ਾ ਹੀ ਸ਼ਾਬਾਸ਼ ਆ ਉਹਨਾਂ ਨੂੰ, ਸ਼ਾਬਾਸ਼ ਜਿਨ੍ਹਾਂ ਦੇ 'ਤੇ ਆਪ ਪਰਮੇਸ਼ੁਰ ਨੇ ਖੁਸ਼ ਹੋ ਕੇ ਬਖਸ਼ਿਸ਼ਾਂ ਕੀਤੀਆਂ ਨੇ, ਸਤਸੰਗਤ ਦਿੱਤੀ ਹੈ, ਇਹ ਸਾਰੀ ਅਵਸਥਾ ਦਿੱਤੀ ਹੈ। ਮਹਾਰਾਜ ਕੋਲੋਂ ਆਪ ਵੀ ਮੰਗੋ, ਮਹਾਰਾਜ ਮੈਨੂੰ ਵਿਰਾਗ ਹੀ ਨਹੀਂ ਹੁੰਦਾ, ਮੇਰੀ ਲੇਵੀ ਨਹੀਂ ਲੱਗਦੀ, ਮੈਨੂੰ ਦਰਸ਼ਨ ਨਹੀਂ ਹੁੰਦੇ, ਪ੍ਰੇਮ ਨਹੀਂ ਲੱਗਦਾ। ਕਈ ਕੋਟ ਖਾਣੀ ਅਰ ਖੰਡ, ਕਈ ਕਰੋੜਾਂ ਹੀ ਖਾਣੀਆਂ ਨੇ ਅਤੇ ਕਈ ਖੰਡ ਬ੍ਰਹਿਮੰਡ ਬਣਾਏ ਨੇ ਪਰਮੇਸ਼ੁਰ ਨੇ। ਆਪਾਂ ਜੇ ਹੁਣ ਕਹੀਏ ਕਰੋੜਾਂ ਖਾਣੀਆਂ ਲਿਖਤੀਆਂ ਇੱਥੇ, ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ। ਸਤਿਗੁਰੂ ਜੀ ਇੱਥੇ ਤਾਂ ਤੁਸੀਂ ਚਾਰ ਖਾਣੀਆਂ ਹੀ ਕਹੀਆਂ ਨੇ। ਮਹਾਰਾਜ ਕਹਿੰਦੇ ਨਹੀਂ, ਜਪਜੀ ਸਾਹਿਬ ਵਿੱਚ ਵੀ ਕਹੀਆਂ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਸਤਿਗੁਰੂ ਕਹਿੰਦੇ ਇਹ ਕਿੰਨੀਆਂ ਹੀ ਖਾਣੀਆਂ, ਪੰਜਵੀਂ ਖਾਣੀ ਹੈ ਦਿਵਿਓ ਪਾਤ, ਅਤੇ ਹੋਰ ਖਾਣੀਆਂ ਤਾਂ ਗੁਰੂ ਸਾਹਿਬ ਨੂੰ ਪਤਾ ਪਾਏ, ਜਿੰਨਾ ਉਹਨਾਂ ਨੇ ਲਿਖਿਆ ਕਿ ਕੇਤੀਆਂ ਖਾਣੀ, ਕੇਤੀਆਂ ਬਾਣੀ, ਅਤੇ ਕਈ ਕਰੋੜਾਂ ਹੀ ਖਾਣੀਆਂ, ਕਈ ਕਰੋੜਾਂ ਹੀ ਖੰਡ ਬ੍ਰਹਿਮੰਡ, ਖੰਡ ਦਾ ਟੁਕੜੇ, ਕਈ ਪ੍ਰਕਾਰ ਦੀਆਂ ਧਰਤੀਆਂ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕਰੋੜਾਂ ਆਕਾਸ਼ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼, ਉੱਥੇ ਤਾਂ ਲੱਖ ਕਹੇ ਸੀ ਤਾਂ ਵੀ ਉਹ ਉਹਨਾਂ ਦਾ ਪੀਰ ਖਿੱਚ ਗਿਆ ਸੀ। ਮਹਾਰਾਜ ਕਹਿੰਦੇ ਇੱਥੇ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਕਈ ਕਰੋੜ ਆਕਾਸ਼ ਹੈ, ਕਰੋੜਾਂ ਆਕਾਸ਼ ਦੇਖਣੇ ਬਹੁਤ ਔਖੇ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧ ਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ। ਆਕਾਸ਼ ਕਈ ਕਰੋੜਾਂ ਆਕਾਸ਼, ਕਈ ਕਰੋੜਾਂ ਬ੍ਰਹਿਮੰਡ ਨੇ, ਇੱਕੀ ਪੁਰੀਆਂ ਦਾ ਬ੍ਰਹਿਮੰਡ ਹੁੰਦਾ ਹੈ, ਇਹ ਗਿਣਤੀਆਂ ਵੱਖਰੇ ਕਿਸਮ ਦੀਆਂ ਨੇ। ਇੱਕ ਆਕਾਸ਼ ਅਤੇ ਇੱਕ ਪਤਾਲਾਂ ਦੀ ਗਿਣਤੀ, ਭੂਰ ਭਵਰ ਮਹਿਰ ਜਨ ਤਪ ਸੱਤ, ਇਹ ਆਕਾਸ਼ ਹੋ ਗਏ, ਸੱਤ ਪਤਾਲ ਹੋ ਗਏ, ਅਤਲ ਬਿਤਲ ਸੁਤਲ ਤਲਾਤਲ ਸਤਲ ਮਹਾਤਲ ਪਤਾਲ, ਇਹ ਸੱਤ ਪਤਾਲ ਹੋ ਗਏ ਧਰਤੀ ਉੱਤੇ। ਫਿਰ ਜਿੰਨਾ ਨੈੱਟ ਦੇ ਉੱਤੇ ਗਲੈਕਸੀ 'ਚ ਇੱਕ ਘੁੰਮਦੇ ਤਾਰੇ ਦੇਖਦੇ ਹਾਂ ਸਾਰੇ, ਇਹ ਇੱਕ ਬ੍ਰਹਿਮੰਡ ਹੈ, ਇੱਕੀ ਪੁਰੀਆਂ ਦਾ ਇੱਕ ਬ੍ਰਹਿਮੰਡ ਹੁੰਦਾ, ਇਹ ਬੜੀਆਂ ਗਿਣਤੀਆਂ ਅੱਗੇ ਤੱਕ ਇੰਨੀਆਂ ਗਿਣਤੀਆਂ ਜਿਹਨਾਂ ਦਾ ਕੋਈ ਅੰਤ ਨਹੀਂ, ਇਹ ਪਰਮੇਸ਼ਰ ਦੀ ਮਾਇਆ ਬੇਅੰਤ, ਬਈ ਇਹਦਾ ਕੋਈ ਅੰਤ ਨਹੀਂ ਹੈ, ਨਾ ਹੀ ਕੋਈ ਜਾਣ ਸਕਦਾ, ਨਾ ਹੀ ਕੋਈ ਸਮਝ ਸਕਦਾ। ਹਾਂ ਜਿਸਨੂੰ ਕਿਰਪਾ ਕਰ ਦਿੰਦੇ ਨੇ ਉਹਨੂੰ ਸਾਰੀ ਸੋਝੀ ਪੈ ਜਾਂਦੀ ਹੈ, ਉਸ ਜਨ ਨੂੰ ਸੋਝੀ ਪੈ ਜਾਂਦੀ ਹੈ, ਉਹ ਸਮਝ ਜਾਂਦਾ। ਕਈ ਕੋਟ ਹੋਏ ਅਵਤਾਰ, ਕਈ ਕਰੋੜਾਂ ਅਵਤਾਰ ਹੋਏ ਨੇ ਅੱਜ ਤੱਕ। ਅਵਤਾ ਹੁੰਦੀ ਬਿਪਤਾ, ਆਰ ਹੁੰਦਾ ਕੱਟਣਾ, ਬਿਪਤਾ ਨੂੰ ਕੱਟਣ ਵਾਸਤੇ ਜਦੋਂ ਕੋਈ ਬਿਪਤਾ ਪੈ ਜਾਂਦੀ ਦੁਨੀਆਂ 'ਤੇ ਉਦੋਂ ਅਵਤਾਰ ਭੇਜ ਦਿੰਦੇ ਨੇ, ਆਪ ਨਹੀਂ ਆਉਂਦੇ ਹੈ। ਜਿਵੇਂ ਆਪਾਂ ਕਹੇ ਡਿਊਟੀ ਲਾ ਲਈ ਜਾਂ ਤੂੰ ਆਹ ਕੰਮ ਕਰਿਆ, ਜਦੋਂ ਪਤਾ ਲੱਗਦਾ ਕਿਤੇ ਮਾੜੀ ਜਿਹੀ ਘਟਨਾ ਹੋਈ ਹੈ, ਇੱਕ ਦੋ ਸਿਪਾਹੀ ਜਾਂਦੇ ਆ, ਫਿਰ ਫੌਜ ਸੱਦ ਲੈਂਦੇ ਨੇ, ਫਿਰ ਬੜੀ ਗੱਲ ਉਲਝੇ ਤਾਣੀ, ਤਾਂ ਫਿਰ ਵੱਡਿਆਂ ਨੂੰ ਫਿਰ ਦਾਖਲ ਦੇਣਾ ਪੈਂਦਾ ਵਿੱਚ, ਕਰੇ ਥੋਤੋਂ ਨਹੀਂ ਠੀਕ ਆਉਣੀ।
ਇਹ ਫਿਰ ਵੱਡੀਆਂ ਮੀਟਿੰਗਾਂ ਹੋਣਗੀਆਂ। ਮਹਾਰਾਜ ਕਹਿੰਦੇ ਨੇ ਪਹਿਲੇ ਤਿੰਨ ਯੁੱਗਾਂ ਵਿੱਚ ਜ਼ਿਆਦਾ ਨਹੀਂ ਸੀ ਅਤੇ ਫਿਰ ਅਵਤਾਰਾਂ ਨੂੰ ਭੇਜਦੇ ਰਹੇ, ਨਿੱਤ ਅਵਤਾਰ ਨਿਮਿਤ ਅਵਤਾਰ। ਪਹਿਲਾਂ ਅੰਸ਼ਾ ਆਉਂਦਾ, ਅੰਸ਼ਾ ਅਵਤਾਰ, ਅਵੇਸ਼ਾ ਅਵਤਾਰ, ਇਸੇ ਪ੍ਰਕਾਰ ਕਲਾ ਅਵਤਾਰ, ਨਿੱਤ ਨਿਮਿਤ, ਫਿਰ ਇਹ ਜਿਹੜਾ ਪੂਰਨ ਅਵਤਾਰ। ਇਹ ਛੇ ਅਵਤਾਰ ਜਿਹੜੇ ਨੇ ਇਹ ਤਾਂ ਹਲੇ ਥੱਲੇ ਥੱਲੇ ਦੇ ਨੇ, ਇਹਨਾਂ ਤੋਂ ਜਦੋਂ ਨਾ ਹੀ ਕੰਮ ਸਰਿਆ। ਪੁੱਛਿਆ ਸੀ ਇਹਨਾਂ ਨੂੰ ਪਹਿਲਾਂ ਪਰਮੇਸ਼ਰ ਪੁੱਛਦੇ, ਜਾਣਾ ਕਲਯੁਗ 'ਚ ਸੁਧਾਰ ਕਰਿਆ? ਕਹਿੰਦੇ ਸੀ ਵੀ ਹਮ ਭਗਵਾਨ ਹੈ, ਜਾਇਓ ਜਰਾ ਤਾਂ। ਉਹ ਕਹਿੰਦੇ ਮਹਾਰਾਜ ਕਲਯੁਗ ਦੀ ਕਮਾਈ ਬਹੁਤ ਆ, ਸੱਤ ਹੋਏ ਤਾਂ ਟੱਕਰ ਲਈ ਨਹੀਂ ਜਾਣੀ। ਹੁਣ ਉਹਨਾਂ ਨੂੰ ਪੁੱਛੇ ਨਾਲੇ ਤੁਸੀਂ, ਕਹਿੰਦੇ ਹਮ ਭਗਵਾਨ ਹੈ। ਤੁਸੀਂ ਹੁਣ ਭਗਵਾਨ ਕਹਦੇ ਵੀ ਜਦ ਤੁਸੀਂ ਕਲਯੁਗ ਤੋਂ ਹੀ ਡਰੀ ਜਾਂਦੇ ਹੋ, ਦਾੜਮ ਵੀਰ 'ਚ ਦੈਂਤ ਤੋਂ ਹੀ ਡਰ ਗਏ ਹੋ, ਫਿਰ ਤੁਸੀਂ ਕਾਹਦੇ ਭਗਵਾਨ ਕਹੀ ਜਾਂਦੇ ਆਪਣੇ ਆਪ ਨੂੰ? ਕਿਉਂ ਨਹੀਂ ਕਹਿੰਦੇ ਕਿ ਭਗਵਾਨ ਹੋਰ ਹੈ? ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਤੀ ਦੀ ਪੁਕਾਰ ਸੁਣੀ, ਸੁਣੀ ਪੁਕਾਰ ਦਾ ਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਤੁਮ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭਲੋ। ਫਿਰ ਨਿਰੰਕਾਰ ਆਪ ਆਉਂਦੇ ਨੇ। ਇਹ ਜਿਹੜੇ ਅਵਤਾਰ ਨੇ ਨਿੱਕੀਆਂ ਨਿੱਕੀਆਂ ਕੰਮ ਲਈ, ਇੱਕ ਕਈ ਵਾਰੀ ਇੱਕ ਕੰਮ ਲਈ ਭੇਜ ਦਿੰਦੇ ਇਹਨਾਂ ਨੂੰ, ਜਾਂ ਇੱਕ ਕੰਮ ਕਰਕੇ ਆ, ਤੂੰ ਦੋ ਕੰਮਾਂ ਕਰਿਆ, ਤੂੰ ਆ ਸੁਧਾਰ ਕਰਿਆ। ਤਾਹੀਓ ਮਹਾਰਾਜ ਨੇ ਉਹ ਫਿਰ 24 ਅਵਤਾਰ ਇਸੇ ਕਰਕੇ ਲਿਖੇ ਨੇ ਕਿ ਇਹ ਨਾ ਮੈਂ ਤੁਹਾਨੂੰ ਕਹਿੰਦੇ ਜਾਣਕਾਰੀ ਵੀ ਦਿੰਦਾ ਕਿ ਇਹ ਇਸ ਤਰ੍ਹਾਂ ਆਉਂਦੇ ਹੁੰਦੇ ਨੇ, ਆਹ ਕੰਮ ਕਰਦੇ ਨੇ। ਮਹਾਰਾਜ ਕਹਿੰਦੇ ਨੇ ਫਿਰ ਜਦੋਂ ਕੁਛ ਵੀ ਨਹੀਂ ਬਣਦਾ ਕਿਸੇ ਤੋਂ, ਫਿਰ ਮੈਂ ਆਪ ਆਉਂਦਾ, ਫਿਰ ਮੈਨੂੰ ਆਪ ਆ ਕੇ ਸੁਧਾਰ ਕਰਨਾ ਪੈਂਦਾ। ਆਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ। ਕਲਯੁਗ ਦਾ ਜਦੋਂ ਸਮਾਂ ਆ ਜਾਂਦਾ, ਫਿਰ ਉਹ ਆਪ ਕਲਯੁਗ ਦੇ ਵਿੱਚ ਆਪ ਆਏ ਪਰਮੇਸ਼ਰ। ਕਈ ਜੁਗਤ ਕੀਨੋ ਵਿਸਥਾਰ, ਕਈ ਜੁਗਤੀਆਂ ਨਾਲ ਸੰਸਾਰ ਦਾ ਵਿਸਥਾਰ ਕੀਤਾ। ਕਈ ਚੀਜ਼ਾਂ ਪ੍ਰਗਟ ਸਾਹਮਣੇ ਨਜ਼ਰ ਆ ਰਹੀਆਂ ਨੇ, ਕਈ ਨਜ਼ਰ ਨਹੀਂ ਆ ਰਹੀਆਂ। ਜਿੰਨੀ ਧਰਤੀ ਦੇਖਦੇ ਹਾਂ ਇੰਨੀ ਨਹੀਂ ਹੈ, ਇਹ ਬੜਾ ਕੁਛ ਹੈ। ਭਾਈ ਵੀਰ ਸਿੰਘ ਦੇ ਗ੍ਰੰਥ ਪੜ੍ਹੋ, ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਸ਼ੁਰੂ 'ਚ ਮੁੱਖ ਮੰਦ ਵਿੱਚ ਉਹਨਾਂ ਨੇ ਇਹ ਚੀਜ਼ ਲਿਖੀ ਹੈ ਵੀ ਜਿੰਨੀ ਆਪਾਂ ਸਾਹਮਣੇ ਅੱਖਾਂ ਨਾਲ ਦੁਨੀਆਂ ਦੇਖਦੇ ਹਾਂ ਇੰਨੀ ਹੀ ਨਹੀਂ, ਹੋਰ ਮੈਂ ਵੀ ਹੈ। ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਉਹ ਬੜੇ ਪਹੁੰਚੇ ਹੋਏ ਗੁਰਮੁਖ ਹੋਏ ਨੇ, ਪਹੁੰਚੀ ਹਸਤੀ ਸੀ ਪੰਥ ਦੀ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਵਾਂਗੂ ਉਹਨਾਂ ਨੂੰ ਵੀ ਬੜਾ ਮਾਣ ਆਦਰ ਮਿਲਿਆ, ਬੜੀ ਸੋਹਣੀਆਂ ਲਿਖਤਾਂ ਨੇ ਉਹਨਾਂ ਦੀਆਂ। ਇਸ ਕਰਕੇ ਉਹ ਕਹਿੰਦੇ ਨੇ ਇਹ ਸੰਸਾਰ ਹੋਰ ਮੈਂ ਵੀ ਹੈ, ਪਰ ਇਹ ਨਜ਼ਰ ਨਹੀਂ ਆਉਂਦਾ ਆਮ ਬੰਦੇ ਨੂੰ। ਇਹ ਜਿਨ੍ਹਾਂ ਦੀ ਫਿਰ ਦਿਵ ਦ੍ਰਿਸ਼ਟੀ ਖੁੱਲਦੀ, ਦਿਵਯੋਪਾਤ, ਜਿਹਨਾਂ ਜਿਹੜੀਆਂ ਦਿਵਯੋਪਾਤ ਖਾਣੀਆਂ ਨੇ, ਉਹ ਚਾਰ ਖਾਣੀਆਂ ਵਾਲੇ ਨਜ਼ਰ ਨਹੀਂ ਆਉਂਦੀਆਂ, ਪਰ ਦਿਵਯੋਪਾਤ ਖਾਣੀ ਦਿਵ ਦ੍ਰਿਸ਼ਟੀ ਵਾਲੇ ਨੂੰ ਹੀ ਦਿਖਦੀ। ਤਾਂ ਸਤਿਗੁਰੂ ਕਹਿੰਦੇ ਕਈ ਤਰੀਕਿਆਂ ਨਾਲ ਸੰਸਾਰ ਦਾ, ਬ੍ਰਹਿਮੰਡਾਂ ਦਾ ਵਿਸਥਾਰ ਕੀਤਾ ਹੋਇਆ ਹੈ। ਕਈ ਵਾਰ ਪਸਰਿਓ ਪਾਸਾਰ, ਕਹਿੰਦੇ ਕਈ ਵਾਰੀ ਪਰਮੇਸ਼ਰ ਨੇ ਸੰਸਾਰ ਦੇ ਪਸਾਰੇ ਨੂੰ ਪਸਾਰਿਆ, ਖਿਲਾਰਿਆ, ਇਕੱਠਾ ਕੀਤਾ। ਤੁਧ ਆਪੇ ਸਿਫਟ ਸਿਰਜੀ, ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਇਹ ਸ੍ਰਿਸ਼ਟੀ ਨੂੰ ਕਈ ਵਾਰ ਸਾਜਿਆ ਹੁੰਦੇ ਨੇ, ਕਈ ਵਾਰ ਪਸਰਿਓ ਪਾਸਾਰ। ਇਹ ਗੱਲ ਸਮਝਣ ਦੀ ਲੋੜ ਹੈ। ਇਹ ਕਈ ਚਿਰਾਂ ਬਾਅਦ ਫਿਰ ਬਦਲ ਦਿੰਦੇ ਸਾਰਾ, ਉਹ ਇੱਕ ਸਿਸਟਮ ਹੁੰਦਾ ਉਹਦੇ ਵਿੱਚ। ਜਦੋਂ ਦੇਖਦੇ ਨੇ ਹੁਣ ਸਾਰਾ ਕੰਮ ਖਰਾਬ ਹੈ, ਹੁਣ ਇਹ ਲੋਕ ਆਖੇ ਨਹੀਂ ਲੱਗਣ ਵਾਲੇ, ਹੁਣ ਟੇਢੇ ਚੱਲ ਪਏ ਬਹੁਤ ਜ਼ਿਆਦਾ, ਉਦੋਂ ਇੱਕ ਵਾਰੀ ਸਮਾਪਤੀ ਕਰਕੇ ਨਵੇਂ ਸਿਰਿਓਂ ਫਿਰ ਸਾਜ ਦਿੰਦੇ ਨੇ ਸ੍ਰਿਸ਼ਟੀ ਨੂੰ, ਤਾਂ ਕਿ ਇਹ ਹੁਣ ਹੈ ਨਹੀਂ ਗੱਲ ਬਈ ਭਗਤੀ। ਹੁਣ ਤੁਸੀਂ ਅੱਜ ਦੇ ਯੁੱਗ 'ਚ ਦੇਖੋ, ਮੈਂ ਰੋਜ਼ ਇਸ ਚੀਜ਼ ਨੂੰ ਦੇਖਦਾ, ਵਿਚਾਰਦਾ, ਕੋਈ ਰੱਬ ਦਾ ਨਾਮ ਲੈਣ ਵਾਲਾ ਬੰਦਾ ਕਿਤੇ ਮਿਲ ਜਾਏ? ਕਿੱਥੇ ਰੱਬ ਦਾ ਨਾਮ ਲੈਣ ਵਾਲਾ ਬੰਦਾ ਕੋਈ ਹੈ? ਕੋਈ ਜੇ ਕਿਸੇ ਧਰਮ ਵਿੱਚ ਕੋਈ ਲੈਂਦਾ ਤਾਂ ਦੇਵੀ ਦੇਵਤਿਆਂ ਦਾ ਲੈਂਦਾ, ਵੱਧ ਤੋਂ ਵੱਧ ਮੰਤਰ ਜੰਤਰ ਨੇ ਜਾਂ ਉਹਨਾਂ ਪੜ੍ਹੀ ਜਾਂਦੇ ਨੇ। ਮੈਂ ਨਹੀਂ ਕੋਈ ਦੇਖਿਆ ਵੀ ਬੰਦਾ ਕੋਈ ਕਿਤੇ ਬੈਠ ਕੇ ਕਿਤੇ, ਹਾਂ ਕਰੋੜਾਂ 'ਚੋਂ ਤਾਂ ਐਂ ਹੁੰਦਾ ਹੀ ਕੋਈ ਨਾ ਕੋਈ, ਹਜ਼ਾਰ ਕੁ ਬੰਦਾ ਹੋਊ ਬਸ ਦੁਨੀਆਂ 'ਚ ਰੱਬ ਦਾ ਨਾਮ ਲੈਣ ਵਾਲਾ। ਬਾਕੀ ਖਾਲਸੇ ਪੰਥ ਵਿੱਚ ਤਾਂ ਚਲੋ ਸਾਰੇ ਰੱਬ ਨੂੰ ਹੀ ਮੰਨਣ ਵਾਲੇ ਨੇ, ਪਰ ਇੱਥੇ ਵਾਹਿਗੁਰੂ ਮੰਤਰ ਜੇ ਆਪਾਂ ਪੁੱਛੀਏ, ਜਿੰਨੀ ਸੰਗਤ ਬੈਠੀ ਹੈ, ਪੰਜ ਕੁ ਬੰਦੇ ਨਿਕਲੋ 10 ਨਿਕਲੇ ਆਉਣਗੇ ਵੱਧ, ਪਰਸੈਂਟੇਜ ਤਾਂ ਇਉਂ ਕੱਢੀਏ ਕਿ ਹਾਂ ਬਈ ਕਿੰਨਾ ਚਿਰ ਵਾਹਿਗੁਰੂ ਮੰਤਰ ਦਾ ਅਭਿਆਸ ਹੈ ਤੇਰਾ? ਹੈ ਹੀ ਨਹੀਂ। ਤੁਸੀਂ ਸੱਚ ਜਾਣੋ, ਕਈ ਵਾਰ ਤਾਂ ਇੱਕ ਵਾਰੀ ਵੀ ਦਿਹਾੜੀ 'ਚ ਵਾਹਿਗੁਰੂ ਨਹੀਂ ਆਪਣੇ ਮੂੰਹ 'ਚੋਂ ਨਿਕਲਦਾ।
ਕਹਿ ਰਹੇ ਇੰਨੇ ਬਿਜ਼ੀ ਹੈ, ਇੱਕ ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਹਿ। ਪਰ ਜੇ ਤੁਸੀਂ ਸਾਧ ਸੰਗਤ ਵਿੱਚ ਆ ਜਾਂਦੇ ਹੋ ਤਾਂ ਫਿਰ ਇੱਥੇ ਸੁਤੇ ਸਿੱਧੀ ਕਹਿ ਦਿੰਦੇ ਹੈ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪਾਂ ਇਹਦੇ ਸੰਗਤ 'ਚ ਬਹਿ ਕਿਉਂ ਕਿਹਾ? ਕਿਉਂ? ਜਿਹਦਾ ਕੰਮ ਕਾਰ ਆ, ਕਈ ਕੰਮਾਂ 'ਤੇ ਝੂਠ ਵੀ ਬੋਲਣਾ ਪੈਂਦਾ, ਕਿਸੇ ਨੂੰ ਕਈ ਕੰਮਾਂ 'ਤੇ ਹੋਰ ਵੀ ਕੁਛ ਕਰਨਾ ਪੈਂਦਾ, ਉਹ ਕੰਮ ਹੀ ਇੱਦਾਂ ਦੇ। ਕਈ ਨੇ ਕੰਮ ਹੀ ਇੱਦਾਂ ਦਾ, ਉੱਥੋਂ ਪਾਠ ਨਹੀਂ ਕਰ ਸਕਦੇ ਅਸੀਂ। ਤਾਂ ਕਹਿਣ ਤੋਂ ਭਾਵ ਆਪਣੀ ਜ਼ਿੰਦਗੀ 'ਚ ਵਿਚਾਰ ਕੇ ਦੇਖੋ ਵੀ ਤੁਸੀਂ ਕਿੰਨਾ ਕੁ ਸਿਮਰਨ ਕਰਦੇ ਹੋ ਦਿਹਾੜੀ 'ਚ, ਅਤੇ ਸੌਣ ਵੇਲੇ ਓਂਕਾਲੀ ਹੁੰਦੀ ਫਟਾਫਟ, ਉੱਠਣ ਵੇਲੇ ਓਂਕਾਲੀ ਹੁੰਦੀ ਕੰਮ 'ਤੇ ਜਾਣਾ, ਅਤੇ ਵਾਹਿਗੁਰੂ ਮੰਤਰ ਕਦੋਂ ਕਰਨਾ ਆਪਾਂ ਸਾਰਿਆਂ ਨੇ? ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਤਾਂ ਕਿਸੇ ਕਿਸੇ ਦੇ ਭਾਗਾਂ 'ਚ ਹੈ ਕਿ ਉਹ ਨਾਮ ਜਪ ਸਕੇ, ਅੰਦਰਲੀ ਜੋਤ ਨੂੰ ਤੱਕ ਸਕੇ, ਆਪਣੇ ਅੰਦਰਲੇ ਆਤਮਾ ਨੂੰ ਦੇਖ ਸਕੇ। ਕਹਿੰਦੇ ਕਈ ਵਾਰ ਪਸਾਰਾ ਪਸਰਿਆ ਸ੍ਰਿਸ਼ਟੀ ਦਾ ਹੁਣ ਤੱਕ, ਸਦਾ ਸਦਾ ਇੱਕ ਏਕੰਕਾਰ। ਫਿਰ ਉਹ ਜੋ ਸਦਾ ਸਦਾ ਨਿੱਤ ਰੂਪ ਏਕੰਕਾਰ ਪਰਮੇਸ਼ਰ ਹੈ ਨਾ, ਉਹ ਇੱਕੋ ਹੀ ਰੂਪ ਫੇਰ ਹੋ ਜਾਂਦਾ, ਖੇਲ ਖੇਲ ਆ ਖੇਲ ਖੇਲ ਅੰਤ ਕੋ ਫਿਰ ਏਕ। ਪਹਿਲਾਂ ਉਹ ਸ੍ਰਿਸ਼ਟੀ ਬਣਾਉਂਦੇ ਨੇ, ਓਂਕਾਰ ਕਹਿ ਕੇ ਰਚਨਾ ਰਚਦੇ ਨੇ, ਜਦੋਂ ਸਮਾਪਤੀ ਕਰਨੀ ਆ ਫਿਰ ਵੀ ਨਹੀਂ ਪਤਾ ਲੱਗਣਾ। ਸਾਇੰਸ ਨੂੰ ਪਤਾ, ਕਈ ਗੱਲਾਂ ਦਾ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਕਈ ਗੱਲਾਂ ਬੜੀਆਂ ਪੈਟ ਦੱਸ ਦਿੰਦੇ ਨੇ ਵੀ ਹਾਂ ਮੈਂ ਸਮਝਦਾ ਵੀ ਇਹ ਗੱਲ ਸਹੀ ਕਹੀ ਇਹਨਾਂ ਨੇ। ਇਹ ਕਹਿ ਰਹੇ ਨੇ ਵੀ ਕੋਈ ਹਲੇ ਨਹੀਂ, ਕਰੋੜਾਂ ਸਾਲਾਂ ਬਾਅਦ ਵੀ ਹੋ ਸਕਦਾ ਇਸ ਤਰ੍ਹਾਂ ਦਾ ਕਿ ਅਸਮਾਨ ਵਿੱਚੋਂ ਇੱਦਾਂ ਦੀ ਕੋਈ ਚੀਜ਼ ਚੱਲ ਪੈਂਦੀ, ਕਈ ਵਾਰ ਸਿੱਧੀ ਡਾਇਰੈਕਟ ਟੱਕਰ ਧਰਤੀ ਨਾਲ ਹੋ ਕੇ ਧਰਤੀ ਬਿਲਕੁਲ ਕਿਣਕਾ ਕਿਣਕਾ ਖਿਲਰ ਜਾਂਦੀ ਹੈ, ਫਿਰ ਉਸੇ ਤਰ੍ਹਾਂ ਹੋ ਜਾਂਦਾ। ਇਹਨਾਂ ਕੋਲ ਮਹਾਰਾਜ ਕੋਲ ਤਾਂ ਸਿਸਟਮ ਬਹੁਤ ਨੇ, ਇਹ ਵਿਚਾਰੇ ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਰਹਿੰਦੇ, ਅਸੀਂ ਐਂ ਕਰ ਦਿਆਂਗੇ ਐਂ ਕਰ ਦਿਆਂ, ਕੁਛ ਨਹੀਂ ਹੋਣਾ ਹੈ। ਉਹ ਸਾਡੇ ਕੋਲ ਉਹ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਉਹਨਾਂ ਤੋਂ ਮਾੜਾ ਜਿਹਾ ਇਸ਼ਾਰਾ ਕਰਨ, ਮਾੜੇ ਜਿਹੇ ਵਿੱਚ ਹੀ ਸਾਰਾ ਕੁਛ ਫਿਰ ਏਕੰਕਾਰ ਬਣਾ ਦਿੰਦੇ ਨੇ। ਕਈ ਕੋਟ ਕੀਨੇ ਬਹੁ ਭਾਂਤ, ਕਈ ਕਰੋੜਾਂ ਜੀਵ ਬਹੁਤ ਤਰੀਕੇ ਨਾਲ ਰਚਨਾ ਰਚੀ ਹੈ, ਬਹੁਤ ਰਚਨਾ, 42 ਲੱਖ ਜੂਨ ਜਿਹੜੀ ਸਮੁੰਦਰ ਵਿੱਚ ਆ, ਪਹਿਲਾਂ ਤਾਂ ਉਹ ਹੀ ਬੰਦਾ ਦੇਖ ਦੇਖ ਕੇ ਹੈਰਾਨ ਹੋ ਜਾਂਦਾ, 42 ਲੱਖ ਜੀਵ ਧਰਤੀ ਉੱਤੇ ਨੇ, ਇਹਨਾਂ ਦਾ ਹੀ ਨਹੀਂ ਪਤਾ ਲੱਗਦਾ ਕਿੰਨੀ ਕੁ ਗਿਣਤੀ ਹੈ। ਪ੍ਰਭਤੇ ਹੋਏ ਪ੍ਰਭ ਮਾਹ ਸਮਾਤ, ਇਹ ਪਰਮੇਸ਼ੁਰ 'ਚੋਂ ਹੀ ਪੈਦਾ ਹੋ ਕੇ ਪਰਮੇਸ਼ੁਰ ਵਿੱਚ ਹੀ ਅੰਤ ਨੂੰ ਜਾ ਮਿਲਦੇ ਨੇ, ਮਿਲਣਾ ਸਾਰਿਆਂ ਆਪਾਂ ਪਰਮੇਸ਼ੁਰ 'ਚ ਹੀ ਅੰਤ ਨੂੰ। ਇਹ ਵੀ ਕਿਸੇ ਦਾ 500 ਜਨਮ ਹੈ, ਕਿਸੇ ਦਾ 5000 ਹੈ, ਕਿਸੇ ਦਾ ਕਰੋੜ ਹੈ, ਪਤਾ ਨਹੀਂ ਲੱਗਦਾ। ਬੜੇ ਕਰੋੜਾਂ ਕਰੋੜਾਂ ਜਨਮ, ਕਈ ਜਨਮ ਭਏ ਕੀਟ ਪਤੰਗਾ, ਕਈ ਕਰੋੜਾਂ ਸਾਡੇ ਜਨਮ ਹੋ ਚੁੱਕੇ ਹੈ, ਪਰ ਹੁਣ ਤੁਹਾਨੂੰ ਕਥਾ ਵਿੱਚ ਗੁਰੂ ਸਾਹਿਬ ਬਾਣੀ ਰਾਹੀਂ ਵੀ ਕੀਰਤਨ ਰਾਹੀਂ ਸੋਝੀ ਦਿੰਦੇ ਨੇ, ਉਹ ਸਮਝ ਜਾ। ਇੰਨਾ ਸੁਨਹਿਰੀ ਜਿੰਨਾ ਹੁਣ ਮੌਕਾ ਮਿਲਿਆ ਹੋਇਆ ਨਾ, ਇਹ ਮੌਕਾ ਨਹੀਂ ਮਿਲਣਾ ਫਿਰ ਆਪਾਂ ਨੂੰ। ਹੁਣ ਤਰਨ ਦਾ ਇੱਕ ਮੌਕਾ ਹੈ, ਬਸ ਮਨ ਬਣਾਓ ਆਪਣਾ ਵੀ ਮੈਂ ਹੁਣ ਮਹਾਰਾਜ ਹੋਰ ਨਾ ਜਨਮ ਲਵਾਂ, ਮੈਨੂੰ ਕਿਰਪਾ ਕਰੋ ਆਪਣੇ ਚਰਨਾਂ ਵਿੱਚ ਹਮੇਸ਼ਾ ਲਈ ਲੀਨ ਕਰ ਲਓ। ਤਾਕਾ ਅੰਤ ਨਾ ਜਾਣੈ ਕੋਈ, ਵਾਹਿਗੁਰੂ ਦਾ ਅੰਤ ਤਾਂ ਕੋਈ ਜਾਣ ਹੀ ਨਹੀਂ ਸਕਦਾ। ਉਹ ਤਾਂ ਅਸਲ 'ਚ ਇਹ ਹੁੰਦਾ ਜਦੋਂ ਬੰਦਾ ਐਂ ਖੋਜਣ ਨਿਕਲਦਾ ਨਾ, ਬੇਸ਼ੱਕ ਕਿੱਥੇ ਵੀ ਅਵਸਥਾ ਹੋਵੇ, ਉਹਨਾਂ ਦੀ ਤਾਂ ਮਾਇਆ, ਉਹ ਤਾਂ ਮਾਇਆ ਨਾਲ ਇਹਨੂੰ ਹੋਰ ਅੱਗੇ ਵਧਾ ਦਿੰਦੇ ਆ। ਤੁਸੀਂ ਜਿੰਨਾ ਅੱਗੇ ਜਾਈ ਜਾਓਗੇ ਉਨਾ ਹੋਰ ਵਧਾਈ ਜਾਣਗੇ, ਕਹਿੰਦੇ ਲੱਭੀ ਜਾ। ਅਰਬਾਂ ਖਰਬਾਂ ਸਾਲਾਂ ਤੱਕ ਵੀ ਲੱਭਦਾ ਰਹੇ ਤਾਂ ਬੰਦਾ ਸਿਰਾ ਨਹੀਂ ਪਾ ਸਕਦਾ, ਫਿਰ ਉਹ ਹੋਰ ਵਧਾ ਦਿੰਦੇ ਨੇ। ਇਹ ਕਰੋੜਾਂ ਬ੍ਰਹਿਮੰਡ ਹੁਣ ਗੁਰੂ ਸਾਹਿਬ ਨੇ ਦੱਸੇ ਨੇ, ਕਈ ਕੋਟ ਆਕਾਸ਼ ਬ੍ਰਹਿਮੰਡ, ਇਹ ਅੰਤ ਕਿੱਥੋਂ ਪਾ ਸਕਦੇ ਹਾਂ ਆਪਾਂ ਇਹਦਾ? ਆਪਾਂ ਜਿਹੜਾ ਕੰਮ ਆਏ ਹੋਏ ਹਾਂ ਉਹ ਕਰੋ। ਹੁਣ ਦੇਖੋ ਕੋਸ਼ਿਸ਼, ਮੈਂ ਸੰਸਾਰ ਵੱਲ ਦੇਖਦਾ, ਤੁਸੀਂ ਵੀ ਦੇਖਦੇ, ਠੀਕ ਹੈ ਮੰਗਲ 'ਤੇ ਗਏ ਆ, ਉੱਥੇ ਗਏ ਆ, ਖੋਜ ਕੀਤੀ ਆ, ਉਹ ਕੀਤੀ ਆ, ਦੁਨੀਆਂ 'ਚ ਜਿੰਨੋਂ ਕੁਛ ਆਪਾਂ ਨੂੰ, ਪਰ ਇਹ ਉਹ ਕੰਮ ਨਹੀਂ ਸੀ ਭੇਜਿਆ ਇੱਥੇ ਆਪਾਂ ਨੂੰ, ਇਹ ਕੰਮ ਨਹੀਂ ਸੀ ਭੇਜਿਆ ਉਹਨੇ।
ਉਹਨੇ ਮਨੁੱਖ ਬਣਾਏ ਸੀ ਵੀ ਤੈਨੂੰ ਮੈਂ ਹੱਥ ਪੈਰ ਦਿੱਤੇ ਆ, ਮੂੰਹ ਦਿੱਤਾ, ਅੱਖਾਂ ਦਿੱਤੀਆਂ, ਤੂੰ ਉਹਦਾ ਬੰਦਗੀ ਕਰਕੇ ਆਪਣਾ ਭਲਾ ਕਰ ਲੈ। ਇਹ ਉਲਟਾ ਕੀ ਕਰਦੇ ਨੇ, ਉਹ ਰੱਬ ਨੂੰ ਖੋਜਣ ਤੁਰ ਪਏ ਨੇ। ਹੁਣ ਕਹਿੰਦੇ ਮੈਂ ਇਹ ਇੰਤਜ਼ਾਮ ਕਰ ਲਵਾਂਗਾ, ਅਸੀਂ ਆਪ ਹੁਣ ਜਿਹੜਾ ਆਇਆ ਸੀ ਪਿੱਛੇ ਜੇ ਅਮਰੀਕਾ ਜਾ ਹੜ੍ਹ ਜਿਹਾ ਆ ਗਿਆ ਕਿ ਨਹੀਂ, ਉਹ ਇਸਾਕ ਜਿਹੜਾ ਆਇਆ ਇਹ ਜੀ, ਕਹਿੰਦੇ ਅਸੀਂ ਵੱਡੇ ਵੱਡੇ ਲੋਹੇ ਦੇ ਐਂ ਲਾਤੇ ਹੁਣ ਨਹੀਂ ਆਊਗਾ, ਉਹ ਸਾਰੇ ਟੁੱਟ ਟੁੱਟ ਗਿਆ, ਉਹ ਗਏ। ਭਲਾਂ ਦੀ ਏਡੇ ਕਿਤੇ ਰੋਕ ਸਕਦਾ ਕੋਈ? ਉਹ ਸਾਰੀਆਂ ਚੀਜ਼ਾਂ ਪਰਮੇਸ਼ਰ ਦੇ ਮੂਹਰੇ ਆਪਾਂ ਕੀ ਚੀਜ਼ਾਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਤੁਸੀਂ ਇਹ ਗੱਲਾਂ ਛੱਡੋ ਸਾਰੀਆਂ, ਖੋਜਾਂ ਖੂਜਾਂ ਛੱਡੋ, ਸਭ ਕੁਝ ਛੱਡੋ, ਡਿਟੇਲ 'ਚ ਨਾ ਜਾਓ, ਬਾਹਲਾ ਜ਼ਿਆਦਾ ਫਰੋਲਾ ਫਰਾਲੀ ਨਾ ਕਰੋ। ਤੁਸੀਂ ਜੇ ਫਰੋਲਣਾ ਤਾਂ ਇੱਕ ਚੀਜ਼ ਫਰੋਲੋ, ਆਪਣੇ ਦਿਲ ਨੂੰ ਖੋਜੋ ਬਸ। ਅਮਰੀਕਾ ਦੇ ਰਾਸ਼ਟਰਪਤੀ ਨਿਕਸਨ ਦੀ ਨਿੱਜੀ ਡਾਇਰੀ ਉਹਨਾਂ ਦੇ ਮਰਨ ਤੋਂ ਬਾਅਦ ਜਿਹੜੀ ਮਿਲੀ, ਉਹ 'ਚ ਲਿਖਿਆ ਸੀ ਉਹਨਾਂ ਵੈਸੇ ਬਹੁਤ ਸੋਹਣੀ ਗੱਲ ਲਿਖੀ ਸੀ, ਇਹਨਾਂ ਨੇ ਉਹ ਗੱਲ ਨਹੀਂ ਮੰਨੀ। ਉਹ ਕਹਿੰਦੇ ਮੈਂ ਸਾਇੰਸਦਾਨਾਂ ਨੂੰ ਅਪੀਲ ਕਰਦਾ, ਬਾਕੀ ਖੋਜਾਂ ਛੱਡ ਕੇ ਮਨ ਦੀ ਖੋਜ ਕਰੋ, ਮਨ ਕੀ ਚੀਜ਼ ਆ। ਦੇਖੋ ਇੱਕੋ ਹੀ ਬੜੀ ਸੋਹਣੀ ਗੱਲ ਲਿਖਤੀ, ਮਨ ਦੀ ਖੋਜ ਕਰੋ, ਮਨ ਕੀ ਚੀਜ਼ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਬਾਹਰਲੀ ਖੋਜਾਂ ਛੱਡੋ, ਇਹ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇੱਕ ਵਾਰੀ ਤੁਸੀਂ ਆਪਣੇ ਅੰਦਰ ਦੀ ਖੋਜ ਕਰਕੇ ਉਹ ਪਰਮਾਤਮਾ ਵਿੱਚ ਲੀਨ ਹੋ ਜਾਓ, ਫਿਰ ਤੁਹਾਨੂੰ ਖੁਦ ਹੀ ਪਤਾ ਲੱਗ ਜਾਊ ਕਿੰਨਾ ਕੁ ਵੱਡਾ, ਕਿਉਂਕਿ ਜਦੋਂ ਉਹਦਾ ਰੂਪ ਹੋਵਾਂਗੇ ਤਾਂਹੀਓ ਪਤਾ ਲੱਗੇਗਾ ਕਿੰਨਾ ਕੁ ਵੱਡਾ। ਪਰ ਸਤਿਗੁਰੂ ਆਪ ਹੀ ਕਹਿੰਦੇ ਤਾ ਕਾ ਅੰਤ ਨਾ ਜਾਣੈ ਕੋਈ, ਉਹਦਾ ਅੰਤ ਕੋਈ ਜਾਣ ਹੀ ਨਹੀਂ ਸਕਿਆ, ਨਾ ਜਾਣ ਸਕੇਗਾ, ਨਾ ਹੁਣ ਕੋਈ ਜਾਣਦਾ। ਆਪੇ ਆਪ ਨਾਨਕ ਪ੍ਰਭ ਸੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਉਹ ਵਾਹਿਗੁਰੂ ਆਪੇ ਆਪ ਹੀ ਸਾਰੇ ਵਿਆਪਕ ਹੋ ਰਿਹਾ, ਪਰਿਪੂਰਨ ਹੋ ਰਿਹਾ, ਸਾਰਿਆਂ ਦੇ ਵਿੱਚ ਬੈਠਾ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸਾਰਿਆਂ ਵਿੱਚ ਆਪ ਬੈਠੇ ਨੇ। ਇਹ ਕੋਸ਼ਿਸ਼ ਤਾਂ ਇਸ ਗੱਲ ਦੀ ਕਰੋ ਸਾਰੇ ਜਣੇ ਵੀ ਜਿਹੜਾ ਮੇਰੇ ਅੰਦਰ ਬੈਠ ਕੇ ਮੈਨੂੰ ਤਾਕਤ ਦੇ ਰਿਹਾ, ਪਾਵਰ ਦੇ ਰਿਹਾ, ਅੱਖਾਂ ਨੂੰ ਤਾਕਤ ਦੇ ਰਿਹਾ, ਹੱਥਾਂ ਨੂੰ ਹਿੱਲਣ ਦੀ ਤਾਕਤ ਦੇ ਰਿਹਾ, ਮੂੰਹ ਨੂੰ ਖਾਣ ਦੀ ਤਾਕਤ ਦੇ ਰਿਹਾ, ਬੋਲਣ ਦੀ ਤਾਕਤ ਦੇ ਰਿਹਾ, ਕੰਨਾਂ ਨੂੰ ਸੁਣਨ ਦੀ, ਮੈਂ ਉਹਨੂੰ ਦੇਖਣਾ ਅੰਦਰ, ਬਸ ਉਹ ਦੇਖਣ ਲਈ ਯਤਨਸ਼ੀਲ ਹੋਵੋ। ਬਾਕੀ ਸਾਰੀਆਂ ਖੋਜਾਂ ਛੱਡ ਕੇ ਆਪਣੇ ਅੰਦਰ ਦੀ ਖੋਜ ਵਿੱਚ ਲੱਗ ਜਾਓ, ਅੰਦਰ ਧਿਆਨ ਦੇ ਕੇ ਉਹਨੂੰ ਆਵਾਜ਼ ਦਿਓ, ਆਵਾਜ਼ ਦਿਓ ਕਿੱਥੇ ਅੰਦਰ, ਉਹ ਆਪੇ ਹੀ ਦਰਸ਼ਨ ਦੇਣਗੇ। ਉਹਦਾ ਨਾਂ ਵਾਹਿਗੁਰੂ ਹੈ, ਉਹਨੂੰ ਆਵਾਜ਼ ਦਿਓ ਪਿਆਰ ਨਾਲ। ਬਾਕੀ ਕੱਲ੍ਹ ਨੂੰ ਸ਼ਰਵਣ ਕਰਾਂਗੇ, ਹੁਣ ਅੱਗੇ ਉਹਨੂੰ ਆਵਾਜ਼ ਦਿਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ 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 ਕੋਲ ਕੇਵਾ ਵਾ
ਵਾਹਿਗੁਰੂ ਜੀ ਕਾ ਖਾਲਸਾ।